ਮਹਾਰਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਸਤਿਗੁਰੂ ਜੀ ਰਾਏ ਕੱਲੇ ਕੋਲ ਪਹੁੰਚੇ ਨੇ। ਉੱਥੋਂ ਰਾਏ ਕੱਲੇ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨੂਰੇ ਮਾਈ ਨੂੰ ਸਰਹੰਦ ਤੋਂ ਖਬਰ ਲੈਣ ਲਈ ਭੇਜਿਆ ਸੀ। ਨੂਰਾ ਮਾਈ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਲੈ ਕੇ ਆਇਆ। ਬੜੇ ਵਿਰਾਗ ਵਿੱਚ ਆ ਕੇ ਉਹਨੇ ਸੱਚੇ ਪਾਤਸ਼ਾਹ ਜੀ ਨੂੰ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬੇ ਫਤਿਹ ਸਿੰਘ ਜੀ ਦੀ ਸ਼ਹੀਦੀ ਦਾ ਸਾਕਾ ਸੁਣਾਇਆ। ਸਾਰਾ ਪ੍ਰਸੰਗ ਦੱਸਿਆ, ਕਿਵੇਂ ਮਹਾਰਾਜ ਦੇ ਸਾਹਿਬਜ਼ਾਦੇ ਨੀਂਹਾਂ 'ਚ ਚਿਣੇ ਗਏ ਨੇ, ਕਿਵੇਂ ਉਹਨਾਂ ਨੇ ਬਹਾਦਰੀ ਨਾਲ ਜ਼ਬਰ ਦਾ ਟਾਕਰਾ ਕੀਤਾ ਹੈ, ਸ਼ਹੀਦ ਹੋਏ ਨੇ, ਨੀਂਹਾਂ 'ਚ ਚਿਣੇ ਗਏ ਨੇ, ਅਤੇ ਉਹਨਾਂ ਦਾ ਸੰਸਕਾਰ ਟੋਡਰ ਮੱਲ ਨੇ ਕੀਤਾ, ਗੰਗੂ ਨੇ ਕੀ ਕੀਤਾ ਹੈ, ਮੋਤੀ ਮਹਿਰੇ ਨੇ ਕੀ ਸੇਵਾ ਨਿਭਾਈ ਹੈ, ਸਾਰਿਆਂ ਦਾ ਜਿਹੜਾ ਕਿ ਚੰਗਿਆਂ ਮਾੜਿਆਂ ਦਾ ਸਾਰਿਆਂ ਦਾ ਜ਼ਿਕਰ ਆਇਆ। ਸੁੱਚਾ ਆਨੰਦ ਦੀ ਗਦਾਰੀ, ਸੁੱਚਾ ਆਨੰਦ ਦੀ ਚਾਪਲੂਸੀ ਅਤੇ ਮਲੇਰਕੋਟਲੇ ਦੇ ਨਵਾਬ ਦੀ ਹਾਦਾ ਨਾਰਾ ਮਾਰਨ ਦੀ ਗੱਲ ਵੀ ਚੱਲੀ ਹੈ। ਸਾਰੀ ਗੱਲ ਸੁਣ ਕੇ ਦਸਵੇਂ ਪਾਤਸ਼ਾਹ ਮਹਾਰਾਜ ਬੈਠੇ ਬੈਠੇ ਜਿੱਥੇ ਪਲੰਘ 'ਤੇ ਬੈਠੇ ਸੀ, ਪੈਰ ਥੱਲੇ ਲਮਕਾਏ ਹੋਏ ਸੀ ਜੰਡ ਦੇ ਥੱਲੇ, ਉੱਥੇ ਕਾਹੀ ਦਾ ਬੂਟਾ ਸੀ। ਉਸ ਕਾਹੀ ਦੇ ਬੂਟੇ ਨੂੰ ਤੀਰ ਦੀ ਮੁਖੀ ਨਾਲ ਕਰੇਲੀ ਗਏ, ਕਰੇਲੀ ਗਏ, ਕਰੇਲੀ ਗਏ, ਸੁਣਦੇ ਗਏ ਸਾਰੀ ਵਾਰਤਾ। ਜਦੋਂ ਸਾਰਾ ਪ੍ਰਸੰਗ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਲਿਆ ਅਤੇ ਪਾਤਸ਼ਾਹ ਦੀਆਂ ਅੱਖਾਂ 'ਚ ਰੋਹ ਆ ਗਿਆ, ਅਤੇ ਹਜ਼ੂਰ ਨੇ ਉਹ ਤੀਰ ਦੇ ਨਾਲ ਕਾਹੀ ਦਾ ਬੂਟਾ ਜ਼ੋਰ ਨਾਲ ਪੱਟ ਦਿੱਤਾ। ਭਾਈ ਧਰਮ ਸਿੰਘ ਜੀ ਪੁੱਛਦੇ, ਸੱਚੇ ਪਾਤਸ਼ਾਹ ਇਹ ਕੀ ਕੌਤਕ ਕੀਤਾ? ਮਹਾਰਾਜ ਕਹਿੰਦੇ, ਸਕਲ ਮਲੇਸ਼ਨ ਕੀ ਜੜ ਗਈ, ਇੱਕ ਮਲੇਰੀਅਨ ਕੀ ਬਚ ਰਹੀ। ਮਲੇਰਕੋਟਲੇ ਵਾਲਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਜੜ ਪੁੱਟ ਦਿੱਤੀ, ਮੁਗਲਾਂ ਮਲੇਸ਼ਾਂ ਦੀ ਹਿੰਦੁਸਤਾਨ ਤੋਂ ਜੜ ਪੁੱਟ ਦਿੱਤੀ। ਇਹ ਬਚਨ ਜਦੋਂ ਸੱਚੇ ਪਾਤਸ਼ਾਹ ਨੇ ਕਹੇ, ਬੜੇ ਜਲਾਲ ਵਿੱਚ ਆ ਕੇ ਕਹੇ, ਬੜੇ ਵੀਰ ਰਸ ਵਿੱਚ ਆ ਕੇ ਕਹੇ, ਇਹਨਾਂ ਬਚਨਾਂ ਨੂੰ ਖਾਲਸਾ ਸੁਣ ਰਿਹਾ ਸੀ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੀ ਨਾਲ ਸਨ, ਸਾਹਮਣੇ ਬੈਠਾ ਰਾਏ ਕੱਲਾ ਸੁਣ ਰਿਹਾ। ਰਾਏ ਕੱਲੇ ਦੇ ਨਾਲ ਉਹਦੇ 300 ਸਿਪਾਹੀ ਸੁਣ ਰਹੇ ਨੇ, ਪਿੰਡ ਲੰਮੇ ਜੱਟਪੁਰ ਦੀਆਂ ਸੰਗਤਾਂ ਅਤੇ ਇਲਾਕੇ ਦੇ ਲੋਕ ਸੁਣ ਰਹੇ ਨੇ। ਹਜ਼ੂਰ ਨੇ ਬਚਨ ਕਹਿ ਦਿੱਤਾ ਕਿ 2100 ਕੋਹ ਦੇ ਵਿੱਚ ਜਿਹੜਾ ਰਾਜ, 2100 ਕੋਹ, 2100 ਕੋਹ ਬਹੁਤ ਵੱਡਾ, ਕਈ ਮੇਰਾ ਖਿਆਲ ਹੈ 6-7 ਹਜ਼ਾਰ ਕਿਲੋਮੀਟਰ ਬਣ ਜਾਂਦਾ, ਇਸ ਤੋਂ ਵੀ ਜ਼ਿਆਦਾ ਬਣ ਜਾਂਦਾ। ਇਹ ਰਾਜ ਸੀ ਚੜ੍ਹਦੇ ਤੋਂ ਛਿਪਦੇ ਤੱਕ ਹਿੰਦੁਸਤਾਨ ਅਤੇ ਮੁਗਲਾਂ ਦਾ, ਜਾੜੀ ਪੁੱਟ ਕੇ ਰੱਖ ਦਿੱਤੀ ਸੱਚੇ ਪਾਤਸ਼ਾਹ ਨੇ। ਕਹਿਣ ਲੱਗੇ, ਖਾਲਸਾ ਆਵੇਗਾ, ਗਿਣ ਗਿਣ ਕੇ ਬਦਲੇ ਲਏਗਾ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ। ਸੱਚੇ ਪਾਤਸ਼ਾਹ ਕਹਿੰਦੇ, ਜਿੱਥੇ ਮੇਰੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਸ਼ਹੀਦ ਹੋਏ ਨੇ, ਉੱਥੇ ਉਹਨਾਂ ਦੇ ਉੱਚੇ ਉੱਚੇ ਨਿਸ਼ਾਨ ਝੂਲਣਗੇ, ਮੁਗਲਾਂ ਦੇ ਝੰਡੇ ਪੁੱਟ ਦਿਆਂਗੇ। ਇਹ ਬਚਨ ਜਦੋਂ ਸੱਚੇ ਪਾਤਸ਼ਾਹ ਦੇ ਮੁੱਖ ਤੋਂ ਨਿਕਲੇ, ਰਾਏ ਕੱਲਾ ਸੁਣ ਕੇ ਭੈ ਭੀਤ ਹੋ ਗਿਆ, ਕਿਉਂਕਿ ਉਹ ਮੁਸਲਮਾਨ ਸੀ। ਉਹ ਹਜ਼ੂਰ ਦੇ ਚਰਨਾਂ 'ਚ ਕੀ ਕੁਝ ਕਹਿੰਦਾ, ਉਹ ਕਥਾ ਸਰਵਣ ਕਰੀਏ। ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹੇ। ਸੁਣਿਓ ਸਰਾਪ ਗੁਰ ਤੇ ਜਬੈ। ਜਦੋਂ ਮਹਾਰਾਜ ਤੋਂ ਇਹ ਸਰਾਪ ਸੁਣਿਆ, ਹਜ਼ੂਰ ਨੇ ਬਚਨ ਕੀਤਾ ਕਿ ਮੁਗਲਾਂ ਦੀ ਮਲੇਸ਼ਾਂ ਦੀ ਜੜ ਪੁੱਟ ਦਿਆਂਗੇ। ਬੇ ਸਮਝਿਓ ਕੱਲਾ ਰਾਏ, ਬਿਸਮਿਓ ਕੱਲਾ ਰਾਏ, ਰਾਜਾ ਕੱਲਾ ਕੱਲਾ ਰਾਏ, ਉਹਦਾ ਨਾਮ ਸੀ ਰਾਏ ਕੱਲਾ, ਜਗਰਾਵਾਂ ਦੇ ਇਲਾਕੇ ਦਾ ਰਾਜਾ ਸੀ, ਮੁਸਲਮਾਨ ਰਾਜਾ ਸੀ।
ਗੁਰੂ ਕਲਗੀਆਂ ਵਾਲੇ ਦਾ ਪ੍ਰੇਮੀ ਸੀ। ਭੈ ਭੀਤ ਹੋ ਗਿਆ, ਹੈਰਾਨ ਹੋ ਗਿਆ ਮਹਾਰਾਜ ਦੇ ਚਿਹਰੇ ਵੱਲ ਦੇਖ ਕੇ, ਕਿਉਂਕਿ ਉਸ ਵੇਲੇ ਦਸਵੇਂ ਪਾਤਸ਼ਾਹ ਦੇ ਚਿਹਰੇ ਦਾ ਜਲਾਲ ਚੱਲਿਆ ਨਹੀਂ ਸੀ ਜਾ ਰਿਹਾ, ਅਤੇ ਬਚਨ ਉਹਨਾਂ ਦੇ ਅਟਲ ਹਨ। ਇਹ ਰਾਏ ਇਕੱਲੇ ਨੂੰ ਭਰੋਸਾ ਹੈ। ਹਾਂਜੀ, ਮੈਂ ਸੰਗੀ ਤੁਰਕਾਨ ਕੋ, ਮਨ ਵਿੱਚ ਡਰ ਉਸ ਨੂੰ ਕਿਉਂ ਆਇਆ ਕਿ ਮੈਂ ਵੀ ਮੁਸਲਮਾਨ ਹਾਂ, ਮੈਂ ਵੀ ਮੁਸਲਮਾਨਾਂ ਦੀ ਰਿਆਸਤ ਦਾ ਮਾਲਕ ਹਾਂ। ਹਾਂਜੀ, ਤਿੰਨੋ ਸੰਗ ਜੜ ਜਾਏ, ਜੇ ਮੁਗਲਾਂ ਦੀ ਜੜ ਪੁੱਟ ਦਿੱਤੀ ਤੇ ਮੇਰੀ ਵੀ ਪੁੱਟ ਦਿੱਤੀ, ਮੇਰੀ ਵੀ ਨਾਲ ਹੀ ਪੁੱਟਤੀ, ਕਿਉਂ? ਵਚਨ ਇੰਨਾ ਕਿਹਾ ਸੀ ਵੀ ਇੱਕ ਮਲੇਰ ਹੀ ਕੋਟਲੇ ਵਾਲਿਆਂ ਦੀ ਬਚੇਗੀ, ਬਾਕੀ ਸਭ ਦੀ ਪੁੱਟ ਦਿਆਂ। ਸੋ ਮਲੇਰ ਕੋਟਲੇ ਵਾਲੇ ਬਚੇ ਨੇ, ਬਾਕੀ ਸਭ ਦਾ ਸਫਾਇਆ ਹੋ ਗਿਆ। ਅੱਜ ਦੇਖ ਲਓ ਪੰਜਾਬ 'ਚ ਕਿਤੇ ਤੁਹਾਨੂੰ ਮੁਸਲਮਾਨਾਂ ਦੀ ਕੋਈ ਰਿਆਸਤ ਲੱਭਦੀ? ਮਲੇਰ ਕੋਟਲੇ ਚਲੇ ਜੋ, ਮੁਸਲਮਾਨ ਉੱਦਾਂ ਹੀ ਵੱਸਦੇ ਨੇ, ਹੁਣ ਵੀ ਵੱਸਦੇ ਨੇ। ਬਚਨ ਅਟਲ ਹੈ। 1947 ਵਿੱਚ ਕਹਿੰਦੇ ਜਦੋਂ ਜੰਗ ਹੋਣ ਲੱਗਾ ਉੱਥੇ, ਅਤੇ ਜਦੋਂ ਸਿੰਘ ਗਏ ਨਾ ਉੱਥੇ, ਕੋਈ ਇੱਕ ਸੂਆ ਇੱਕ ਨਹਿਰ ਸੀ, ਉੱਥੇ ਤਾਂ ਗਏ, ਉੱਥੇ ਜਾ ਕੇ ਮਨ ਬਦਲ ਗਿਆ, ਕਹਿੰਦੇ ਇੱਥੇ ਹਮਲਾ ਨਹੀਂ ਕਰਨਾ। 47 ਵਿੱਚ ਵੀ ਹੋਇਆ, ਪਹਿਲਾਂ ਵੀ ਹੋਇਆ। ਸੋ ਇਹ ਮਲੇਰ ਕੋਟਲਾ ਬਚਿਆ ਰਿਹਾ ਗੁਰੂ ਕਲਗੀਧਰ ਦੇ ਬਚਨਾਂ ਨਾਲ। ਹਾਂਜੀ, ਰਹੋ ਸਮੀਪ ਨਹੀਂ ਕਰ ਜੋੜੇ, ਮਨ ਵਿੱਚ ਸੋਚਦਾ ਕਹਿੰਦਾ ਮੈਂ ਕੋਲ ਬੈਠਾ ਅਤੇ ਮੈਂ ਪਹਿਲਾਂ ਮਹਾਰਾਜ ਕੋਲੋਂ ਬਖਸ਼ਵਾ ਕਿਉਂ ਨਾ ਲਿਆ। ਹਾਂਜੀ, ਨਹਿ ਬਖਸਾਇਓ ਗੁਰੂ ਨੇ ਹੋਰੇ, ਮੈਂ ਮਹਾਰਾਜ ਕੋਲੋਂ ਬਖਸ਼ਵਾ ਲੈਂਦਾ, ਮਹਾਰਾਜ ਨੂੰ ਬੇਨਤੀ ਕਰਦਾ, ਮੇਰਾ ਖਿਆਲ ਰੱਖਿਆ ਜੇ, ਮੈਂ ਤੁਹਾਡਾ ਸੇਵਕ ਹਾਂ। ਪਰ ਇਹ ਤਾਂ ਬਚਨ ਕਰ ਬੈਠੇ ਨੇ। ਹਾਂਜੀ, ਆਪੀ ਸਮੋਂ ਲਿਓ ਬਖਸਾਏ, ਫਿਰ ਸੋਚਦਾ ਅਜੇ ਵੀ ਟਾਈਮ ਹੈ, ਅਜੇ ਵੀ ਸਾਹਮਣੇ ਬੈਠੇ ਨੇ ਮਾਲਕ, ਬਖਸ਼ਵਾ ਲਈਏ ਤੇ ਭਲਾ ਹੋਵੇ। ਹਾਂਜੀ, ਹਿਮ ਨਿਸ਼ਚੈ ਮਨ ਮਹਿ ਠਹਿਰਾਏ, ਇਸ ਤਰ੍ਹਾਂ ਦਾ ਨਿਸ਼ਚਾ ਮਨ ਵਿੱਚ ਕਰਕੇ, ਵਿਸ਼ਵਾਸ ਮਨ ਵਿੱਚ ਭਰੋਸਾ ਕਰਕੇ, ਉੱਠਿਓ ਸਵਾਤੇ ਜੋ ਕਰ ਜੋਰੇ, ਸਾਰੀ ਸੰਗਤ ਬੈਠੀ ਸੀ, ਉਹਦਾ ਉਹਦੀ 300 ਫੌਜ ਬੈਠੀ ਸੀ, ਉਹ ਰਾਜਾ ਸੀ ਉੱਥੇ ਥੱਲੇ ਘਾਹ 'ਤੇ ਬੈਠਾ ਸੀ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਉੱਠਿਆ, ਗਲ 'ਚ ਪੱਲਾ ਪਾ ਲਿਆ, ਹੱਥ ਜੋੜ ਕੇ ਦਸਵੇਂ ਪਾਤਸ਼ਾਹ ਅੱਗੇ ਅਰਦਾਸ ਕਰਦਾ। ਸ੍ਰੀ ਪ੍ਰਭ ਕਿਰਪਾ ਕਰੋ ਮਮ ਓਰੇ, ਹੇ ਸੱਚੇ ਪਾਤਸ਼ਾਹ ਮੇਰੇ ਵੱਲ ਕਿਰਪਾ ਦ੍ਰਿਸ਼ਟੀ ਕਰੋ, ਦਾਸ ਕਦੀਮੀ ਰਾਵਰ ਕੇਰੇ, ਮੈਂ ਆਪ ਜੀ ਦਾ ਕਦੀਮੀ ਸੇਵਕ ਹਾਂ, ਪਿਓ ਦਾਦੇ ਤੋਂ ਤੁਹਾਨੂੰ ਮੰਨਣ ਵਾਲੇ ਹਾਂ, ਗੁਰੂ ਨਾਨਕ ਦੀ ਗੱਦੀ ਦੇ ਸੇਵਕ ਹਾਂ ਅਸੀਂ, ਤੁਰਕਾਂ ਸਨ ਕਿਚ ਹਿੱਤ ਨਹਿ ਮੇਰਾ, ਮੈਨੂੰ ਤੁਰਕਾਂ ਨਾਲ ਮੁਸਲਮਾਨਾਂ ਦੇ ਰਾਜ ਨਾਲ ਕੋਈ ਮੋਹ ਨਹੀਂ ਹੈ, ਮੈਨੂੰ ਔਰੰਗਜ਼ੇਬ ਨਾਲ, ਉਹਦੇ ਵਜ਼ੀਰ ਖਾਨ ਨਾਲ, ਜ਼ਾਲਮਾਂ ਦੇ ਨਾਲ ਕੋਈ ਮੇਰਾ ਰਿਸ਼ਤਾ ਨਹੀਂ ਗੁਰੂ ਜੀ, ਸਿਰਫ ਮੇਰਾ ਜਨਮ ਮੁਸਲਮਾਨਾਂ ਦੇ ਘਰ ਹੋਇਆ, ਪਰ ਮੈਂ ਮੁਸਲਮਾਨਾਂ ਵਾਲੀ ਕੋਈ ਹਰਕਤ ਨਹੀਂ ਕਰਦਾ। ਸਾਧ ਸੰਗਤ ਜੀ, ਪਰਾਂ ਜਗਰਾਵਾਂ ਤੋਂ ਦਰਿਆ ਵਾਲੇ ਪਾਸੇ ਜਾਓ, ਇੱਕ ਕੁਹਾੜਾ ਪਿੰਡ ਹੈ, ਉਹ ਕੁਹਾੜੇ ਪਿੰਡ ਦੇ ਮੁਸਲਮਾਨ ਗਊਆਂ ਮਾਰਦੇ ਸੀ, ਉੱਥੋਂ ਦੇ ਹਿੰਦੂਆਂ ਨੇ ਆ ਕੇ ਰਾਏ ਇਕੱਲੇ ਨੂੰ ਬੇਨਤੀ ਕੀਤੀ ਕਿ ਰਾਏ ਜੀ ਸਾਡੀ ਮਦਦ ਕਰੋ। ਰਾਏ ਇਕੱਲਾ ਮੁਸਲਮਾਨ ਹੋ ਕੇ ਮੁਸਲਮਾਨਾਂ ਨਾਲ ਲੜਿਆ ਅਤੇ ਮੁਸਲਮਾਨਾਂ ਨੂੰ ਭਜਾਇਆ, ਉੱਥੋਂ ਗਊਆਂ ਮਾਰਨੀਆਂ ਹਟਾਈਆਂ ਸੀਗੀਆਂ। ਰਾਏ ਇਕੱਲਾ ਕਹਿੰਦਾ ਮਹਾਰਾਜ ਮੈਂ ਮੁਸਲਮਾਨਾਂ ਦੇ ਘਰ ਜਨਮ ਜ਼ਰੂਰ ਲਿਆ, ਪਰ ਮੈਂ ਮੁਸਲਮਾਨਾਂ ਦੀ ਤਰ੍ਹਾਂ ਗਊਆਂ ਮਾਰਨ ਵਾਲਾ ਮੁਸਲਮਾਨ ਨਹੀਂ ਹਾਂ। ਤਿੰਨ ਕੇ ਸਾਥ ਨਾ ਮੋਹੇ ਮਿਲਾਵੋ, ਮੈਨੂੰ ਉਹਨਾਂ ਦੇ ਨਾਲ ਨਾ ਮਿਲਾਓ ਜਿਨ੍ਹਾਂ ਨੇ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਮਹਾਰਾਜ ਮੈਂ ਉਹਨਾਂ ਮੁਸਲਮਾਨਾਂ ਵਿੱਚੋਂ ਨਹੀਂ ਹਾਂ। ਹਾਂਜੀ, ਆਪਣੇ ਸਰਾਪ ਤੇ ਪ੍ਰਥਕ ਬਚਾਓ, ਇਹ ਸਰਾਪ ਦੇ ਦਾਇਰੇ ਵਿੱਚੋਂ ਮੈਨੂੰ ਕੱਢ ਦਿਓ, ਕਿਉਂਕਿ ਤੁਸੀਂ ਕਿਹਾ ਨਾ ਵੀ ਸਕਲ ਮਲੇਸ਼ਨ ਕੀ ਜੜ ਗਈ, ਸਾਰੇ ਮਲੇਸ਼ਾਂ ਦੀ ਜੜ ਗਈ, ਮਲੇਰ ਕੋਟੜੇ ਵਾਲੇ ਬਖਸ਼ੇ ਦਿਨ ਤੁਸੀਂ, ਮਹਾਰਾਜ ਵਿੱਚ ਮੈਂ ਵੀ ਆ ਜਾਂਦਾ, ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਉਹਨਾਂ ਦੇ ਨਾਲ ਨਾ ਰਲਾਓ ਜਿਨ੍ਹਾਂ ਦੀ ਜੜ ਪੁੱਟੀ ਹੈ ਤੁਸੀਂ। ਸ੍ਰੀ ਗੁਰੂ ਕਹੇ ਪ੍ਰਥਮ ਕੇ ਸਮੇਂ, ਮਹਾਰਾਜ ਕਹਿਣ ਲੱਗੇ
ਰਾਏ ਕੱਲਾ ਇਹ ਗੱਲ ਤੇ ਪਹਿਲਾਂ ਕਰਦਾ, ਤੂੰ ਕਹਿ ਦਿੰਦਾ ਤੇ ਤੇਰੀ ਜੜ ਬਚਾ ਲੈਂਦੇ। ਹਾਂਜੀ, ਆਪਣੇ ਹੇਤ ਕਹਿਣ ਥੋ ਹਮੈ, ਤੂੰ ਕਹਿ ਦੇਣਾ ਸੀ ਨਾ ਪਹਿਲਾਂ, ਪਹਿਲਾਂ ਤੂੰ ਬੇਨਤੀ ਕਰ ਦਿੰਦਾ ਤੇ ਹੋ ਸਕਦਾ ਸੀ ਤੇਰਾ ਬਚਾ ਕਰ ਦਿੰਦੇ ਅਸੀਂ। ਹਾਂਜੀ, ਦੇਤ ਸਰਾਪ ਕੋ ਲੇਤ ਬਚਾਏ, ਅਸੀਂ ਸਰਾਪ ਦੇ ਦਾਇਰੇ ਚੋਂ ਤੈਨੂੰ ਵੱਖਰਾ ਕਰ ਲੈਂਦੇ, ਤੈਨੂੰ ਬਚਾ ਲੈਂਦੇ ਅਸੀਂ, ਜਿਵੇਂ ਮਲੇਰਕੋਟਲੇ ਵਾਲੇ ਬਚਾ ਲਏ ਨੇ ਤੈਨੂੰ ਵੀ ਬਚਾ ਲੈਂਦੇ ਅਸੀਂ। ਹਾਂਜੀ, ਤੁਰਕਨ ਗਨ ਤੇ ਪ੍ਰਤਕ ਬਣਾਏ, ਅਸੀਂ ਤੈਨੂੰ ਤੁਰਕਾਂ ਤੋਂ ਵੱਖਰਾ ਕਰ ਲੈਂਦੇ ਰਾਏ ਕੱਲਾ, ਤੇਰਾ ਰਾਜ ਨਾ ਨਸ਼ਟ ਹੁੰਦਾ। ਹਾਂਜੀ, ਸੁਣਤ ਰਾਏ ਕੱਲੇ ਤਬ ਕਹਿਓ, ਰਾਏ ਕੱਲੇ ਨੇ ਫੇਰ ਬੇਨਤੀ ਕੀਤੀ ਮਹਾਰਾਜ ਦੇ ਬਚਨ ਸੁਣ ਕੇ, ਹਿਤੇ ਕੋਪ ਮੈਂ ਨਾਹਿਨ ਲਹਿਓ, ਮਹਾਰਾਜ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਤੁਸੀਂ ਇੰਨੇ ਗੁੱਸੇ 'ਚ ਆ ਕੇ ਬਚਨ ਕਰੋਗੇ, ਇੰਨੇ ਡਾਢੇ ਕਰੜੇ ਬਚਨ ਕਰੋਗੇ, ਸਾਰੇ ਹਿੰਦੁਸਤਾਨ 'ਚੋਂ ਮੁਗਲਾਂ ਦੀ ਜੜ ਪੁੱਟ ਦਿਓਗੇ, ਰਾਜ ਭਾਗ ਮਿੱਟੀ ਮਿਲਾ ਦਿਓਗੇ, ਇਹ ਮੈਂ ਨਹੀਂ ਸੀ ਸਮਝ ਜਾਣਦਾ, ਇੰਨਾ ਤੁਸੀਂ ਗੁੱਸਾ ਕਰੋਗੇ। ਹਾਂਜੀ, ਆਪੀ ਸ਼ਰਨ ਪਰੇ ਕੀ ਰੱਖੋ, ਤੋ ਮਹਾਰਾਜ ਮੈਂ ਤੁਹਾਡੀ ਸ਼ਰਨ ਪੈ ਗਿਆ ਹਾਂ, ਮੇਰੀ ਲਾਜ ਰੱਖ ਲਓ, ਕਿਰਪਾ ਕਰ ਦਿਓ ਮਹਾਰਾਜ, ਮੈਨੂੰ ਬਖਸ਼ ਦਿਓ, ਮੈਨੂੰ ਬਖਸ਼ ਦਿਓ, ਮੈਨੂੰ ਬਖਸ਼ ਦਿਓ। ਹਾਂਜੀ, ਦਾਸ ਜਾਣ ਬਖਸ਼ਣ ਅਬ ਲਾਖੋ, ਇਹ ਮਹਾਰਾਜ ਆਪਣਾ ਦਾਸ ਜਾਣ ਕੇ ਬਖਸ਼ ਦਿਓ, ਮਾੜੇ ਚੰਗੇ ਹੈ ਤਾਂ ਤੁਹਾਡੇ ਹੀ ਹਾਂ, ਆਪਣਾ ਜਾਣ ਕੇ ਆਪਣੇ ਬਿਰਧ ਬਾਣੇ ਦੀ ਰਾਜ ਰੱਖ ਲਓ, ਮੈਨੂੰ ਮਾਫ ਕਰ ਦਿਓ, ਮੇਰੇ ਰਾਜ ਤੇਜ ਰੱਖ ਲੀਜੈ, ਇਹ ਮੇਰਾ ਰਾਜ, ਮੇਰੀ ਰਿਆਸਤ, ਮੇਰਾ ਪ੍ਰਤਾਪ ਬਣਿਆ ਰਹੇ, ਮੇਰੀ ਰਿਆਸਤ ਉਜੜੇ ਨਾ, ਕੋਈ ਇਹੋ ਜਿਹਾ ਵਚਨ ਕਰ ਦਿਓ। ਪਰੇ ਉਹ ਸ਼ਰਨ ਅਬ ਕਰਨਾ ਕੀ ਜੈ, ਮੈਂ ਆਪ ਦੀ ਸ਼ਰਨ ਪਿਆ ਸੱਚੇ ਪਾਤਸ਼ਾਹ, ਕੋਈ ਰਹਿਮ ਕਰੋ, ਤਰਸ ਕਰੋ ਮੇਰੇ ਉੱਤੇ। ਹੁਣ ਸ੍ਰੀ ਗੁਰੂ ਤੇ ਸੰਗ ਬਖਾਨਾ, ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਰਾਏ ਕੱਲੇ ਦੀ ਸ਼ਰਧਾ ਵੇਖੀ ਤੇ ਬਚਨ ਇੱਦਾਂ ਦੇ ਕਰਦੇ ਕਰੜੇ ਬਚਨ। ਹਾਂਜੀ, ਮਿਟ ਕਹਿ ਸਕੈ ਜੇ ਸੱਚ ਹੋ ਜਾਣਾ, ਰਾਏ ਕੱਲਾ ਜਿਹੜਾ ਬਚਨ ਜ਼ਬਾਨ ਚੋਂ ਨਿਕਲ ਜਾਵੇ ਵਾਪਸ ਆਇਆ ਨਹੀਂ ਕਰਦਾ, ਤੀਰ ਦੇ ਕਮਾਨ ਚੋਂ ਤੀਰ ਛੁੱਟਿਆ ਵਾਪਸ ਨਹੀਂ ਆਉਂਦਾ, ਮਹਾਂਪੁਰਸ਼ਾਂ ਦੀ ਜ਼ਬਾਨ ਚੋਂ ਨਿਕਲੇ ਬੋਲ ਵਾਪਸ ਨਹੀਂ ਆਇਆ ਕਰਦੇ। ਹੁਣ ਹਾਰ ਤੁਰਕਨ ਘਰ ਖੋਵਾ, ਦੇਖ ਰਾਏ ਕੱਲਾ ਇਹ ਹੋਣੀ ਸੀ, ਇਹ ਕਿਸੇ ਦੇ ਵੱਸ ਨਹੀਂ ਸੀ, ਇਹ ਹੋਣਾ ਭਾਣਾ ਵਰਤਣਾ ਸੀ ਤੁਰਕਾਂ ਦਾ ਰਾਜ, ਗੁਰੂ ਨਾਨਕ ਦੇਵ ਜੀ ਸੱਤ ਪੁਸਤਾਂ ਦਾ ਦਿੱਤਾ ਬਾਬਰ ਨੂੰ, ਕਹਿਣ ਲੱਗੇ ਸੱਤ ਪੁਸਤਾਂ ਬਾਅਦ ਅਸੀਂ ਵਾਪਸ ਲੈ ਲਾਂਗੇ, ਸੱਤ ਸੀਸ ਦਿਆਂਗੇ। ਸਾਧ ਸੰਗਤ ਜੀ, ਪਹਿਲਾਂ ਗੁਰੂ ਅਰਜਨ ਦੇਵ ਜੀ ਦਾ ਸੀਸ ਲੱਗਿਆ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੱਗਿਆ, ਫਿਰ ਚਾਰ ਸਾਹਿਬਜ਼ਾਦਿਆਂ ਦਾ ਸੀਸ ਲੱਗਿਆ, ਫਿਰ ਕਲਗੀਆਂ ਵਾਲੇ ਦਾ ਆਪਣਾ ਸੀਸ ਵੀ ਲੱਗਿਆ, ਕਿਉਂਕਿ ਉਹਨਾਂ ਨੂੰ ਵੀ ਇਹਨਾਂ ਤੁਰਕਾਂ ਨੇ ਹੀ ਵਾਰ ਕਰਵਾਇਆ ਸੀ ਹਜ਼ੂਰ ਸਾਹਿਬ। ਸੱਤ ਮਹਾਨ ਸੀਸ ਲੱਗੇ ਅਤੇ ਫਿਰ ਵਾਪਸ ਬਚਨ ਕਹਿੰਦੇ ਸੀ ਰਾਜ ਖਾਲਸੇ ਨੂੰ ਲੈ ਦਿਆਂਗੇ, ਮਹਾਰਾਜ ਕਹਿੰਦੇ ਬਚਨ ਹੋਣਾ ਸੀ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਣੀ ਸੀ, ਇੱਦਾਂ ਹੀ ਭਾਣਾ ਵਰਤਣਾ ਸੀ, ਤੁਰਕਾਂ ਦੀ ਜੜ ਪੁੱਟੀ ਜਾਣੀ ਸੀ। ਹਾਂਜੀ, ਨਿਤ ਅਪਰਾਧ ਕਰਤ ਹੀ ਜੋਬਾ, ਕਿਉਂਕਿ ਇਹ ਅਪਰਾਧ ਕਰੀ ਗਏ ਨੇ, ਗਲਤੀਆਂ ਕਰੀ ਗਏ ਨੇ, ਪਹਿਲਾਂ ਪੰਜਵੇਂ ਪਾਤਸ਼ਾਹ ਨੂੰ ਤੱਤੀਆਂ ਤਵੀਆਂ 'ਤੇ ਪਾਇਆ, ਫਿਰ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਸਿੱਖਾਂ ਨੂੰ ਆਰਿਆਂ ਨਾਲ ਚੀਰਿਆ, ਦੇਗਾਂ 'ਚ ਉਬਾਲਿਆ, ਅੱਜ ਸਾਹਿਬਜ਼ਾਦੇ ਛੋਟੇ ਛੋਟੇ ਸ਼ਹੀਦ ਕਰਤੇ, ਇਹਨਾਂ ਦੀਆਂ ਗਲਤੀਆਂ ਦਾ, ਇਹਨਾਂ ਦੇ ਅਪਰਾਧਾਂ ਦਾ ਘੜਾ ਭਰ ਗਿਆ ਪਾਪਾਂ ਦਾ ਹੁਣ। ਨਹੀਂ ਨਗਾਰ ਬੰਦ ਕੋ ਹੈ, ਰਾਏ ਕੱਲਾ ਹੁਣ ਨਗਾਰ ਬੰਦ ਕੋਈ ਰਹਿਣਾ ਨਹੀਂ, ਕਿਸੇ ਦਾ ਨਗਾਰਾ ਨਹੀਂ ਵੱਜਣਾ, ਹਿੰਦੁਸਤਾਨ 'ਚ ਨਗਾਰੇ ਮੇਰੇ ਵੱਜਣਗੇ ਹੁਣ। ਹਾਂਜੀ, ਤੇਜ ਛੀਨ ਤਾਰ ਨਿਤ ਪ੍ਰਭਲ ਹੈ, ਹੁਣ ਇਹਨਾਂ ਦੇ ਨਗਾਰੇ ਬੰਦ ਹੋ ਜਾਣਗੇ, ਇਹਨਾਂ ਦੇ ਨਗਾਰੇ ਮੂਧੇ ਮਾਰ ਦਿਆਂਗਾ, ਮੇਰੇ ਖਾਲਸੇ ਦੇ ਨਗਾਰੇ ਵੱਜਣਗੇ, ਨਿਸ਼ਾਨ ਝੂਲਣਗੇ, ਲੰਗਰ ਚੱਲਣਗੇ, ਜੋੜ ਮੇਲੇ ਹੋਣਗੇ, ਖਾਲਸਾ ਚੱਪੇ ਚੱਪੇ 'ਤੇ ਗੂੰਜੇਗਾ।
ਅਬ 2100 ਕੋਸ਼ਨ ਰਾਜ ਦੇਖ ਲਾ ਇਹ ਗੱਲਾਂ, ਜਿਹੜਾ 2100 ਕੋਹ ਦੇ ਵਿੱਚ ਰਾਜ ਹੈ, ਚੜ੍ਹਦੇ ਤੋਂ ਛਿਪਦੇ ਹਿੰਦੁਸਤਾਨ ਦੇ ਕੋਨੇ ਕੋਨੇ ਦੇ ਰਾਜ ਜਿਹੜਾ ਤੂੰ ਦੇਖ ਰਿਹਾ ਅੱਜ। ਚੱਕਰਵਰਤ ਕੋ ਸਿਰ ਪਰ ਤਾਜ, ਇਹ ਮੁਗਲਾਂ ਦਾ ਰਾਜ, ਇਹਨਾਂ ਤੁਰਕਾਂ ਦਾ ਰਾਜ, ਚੱਕਰਵਰਤੀ ਰਾਜ ਹੈ, ਕੋਈ ਇਹਨਾਂ ਦੇ ਸਾਹਮਣੇ ਖੰਘਦਾ ਨਹੀਂ ਅੱਜ। ਥੋੜੇ ਦਿਨ ਮੈਂ ਇਮ ਹੋਏ ਹਾਂ ਨਾ, ਥੋੜੇ ਦਿਨਾਂ 'ਚ ਦੇਖੀ ਦਾ ਇਹ ਗੱਲਾਂ ਇੰਜ ਉੱਡ ਜਾਣਗੇ, ਪਤਾ ਹੀ ਨਹੀਂ ਲੱਗੇਗਾ ਕਿੱਧਰ ਚਲੇ ਗਏ ਨੇ। ਨੀਟ ਨੀਟ ਜਿਨਕੀ ਗੁਜਰਾਨਾ, ਅੱਜ ਤੇ ਇਹ ਮਾਲਕ ਬਣੇ ਨੇ, ਟਾਈਮ ਆਵੇਗਾ ਇਹਨਾਂ ਦੀ ਗੁਜ਼ਾਰਾ ਔਖਾ ਚੁਜੇਗਾ। ਅੱਜ ਮੁਗਲਾਂ ਦੀ ਸਾਧ ਸੰਗਤ ਜੀ, ਇੱਕ ਲੜਕੀ ਆਈ ਸੀ ਪਿੱਛੇ ਜੀ ਕਲਕੱਤੇ ਤੋਂ, ਸ਼੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖ਼ਤ ਸਾਹਿਬ ਮੁਸਲਮਾਨੀ, ਕਹਿੰਦੀ ਚਾਹ ਦੀ ਰੇਹੜੀ ਲਾ ਕੇ ਗੁਜ਼ਾਰਾ ਕਰਦੇ ਹਾਂ, ਉਹ ਔਰੰਗਜ਼ੇਬ ਦੇ ਪਰਿਵਾਰ 'ਚੋਂ, ਔਰੰਗਜ਼ੇਬ ਦੇ ਪਰਿਵਾਰ ਮੁਗਲਾਂ ਦਾ ਸਭ ਤੋਂ ਵੱਡਾ ਬਾਦਸ਼ਾਹ ਸੀ, ਉਹਦੇ ਖਾਨਦਾਨ 'ਚੋਂ ਹੈ ਇੱਕ ਲੜਕੀ, ਉਹ ਕਹਿੰਦੀ ਚਾਹ ਦੀ ਰੇਹੜੀ ਲਾ ਕੇ ਗੁਜ਼ਾਰਾ ਕਰਦੇ ਹਾਂ, ਚਾਹ ਵੇਚ ਕੇ 2-2 ਰੁਪਏ ਦਾ ਗਲਾਸ ਵੇਚ ਕੇ। ਮਹਾਰਾਜ ਕਹਿੰਦੇ ਗੁਜ਼ਾਰਾ ਇਹਨਾਂ ਦਾ ਔਖਾ ਹੋ ਜਾਏਗਾ, ਖਤਮ ਹੋ ਜਾਣਗੇ। ਹਾਂਜੀ, ਜਿਹ ਸਰੰਦ ਮੈਂ ਸਾਹਿਬਜ਼ਾਦੇ, ਜਿਹੜੀ ਸਰਹੰਦ ਵਿੱਚ ਸਾਹਿਬਜ਼ਾਦੇ ਨਹੀਂ ਅੱਜ ਚਿਣੇ ਗਏ ਨੇ। ਕਰੀ ਅਵਗਿਆ ਤੁਰਕਨ ਬਾਦੇ, ਇਹਨਾਂ ਤੁਰਕਾਂ ਨੇ ਬੇਅਦਬੀ ਕੀਤੀ, ਅਵਗਿਆ ਕੀਤੀ ਹੈ, ਸਾਹਿਬਜ਼ਾਦੇ ਮੇਰੇ ਸ਼ਹੀਦ ਕੀਤੇ ਨੇ। ਬੜੀ ਬਸੈ ਕੋਸਨ ਲਗ ਜੋਈ, ਜਿਹੜੀ ਕੋਹਾਂ 'ਚ ਵਸਦੀ ਹੈ, 20 ਕੋਹ ਵਿੱਚ ਸਰਹੰਦ ਵਸਦੀ ਸੀ ਸਾਧ ਸਿੰਘ ਜੀ, ਇੱਧਰ ਖੰਨੇ ਗੋਬਿੰਦਗੜ੍ਹ ਵੱਲ, ਉੱਧਰ ਪਠਾਣਾ ਦੀ ਬਸੀ ਮੁਰਿੰਡੇ ਵੱਲ, ਉੱਧਰ ਰਾਜਪੁਰੇ ਵੱਲ, ਅਤੇ ਇੱਧਰ ਪਟਿਆਲੇ ਵੱਲ, ਚਾਰੇ ਪਾਸੇ ਸ਼ਹਿਰ ਫੈਲਿਆ ਹੋਇਆ ਸੀ। ਕਦੀ ਇਹਦਾ ਨਾਂ ਸੀ ਸ਼ੀ ਰੰਦ, ਸ਼ੀ ਨਾਮ ਹੈ ਸ਼ੇਰ ਦਾ, ਰੰਦ ਨਾਮ ਹੈ ਗੁਫਾ ਦਾ, ਸ਼ੀ ਰੰਦ ਸ਼ੇਰ ਦੀ ਗੁਫਾ ਕਹਿੰਦੇ ਸੀ, ਵੀ ਇੱਥੇ ਕੋਈ ਵੜ ਨਹੀਂ ਸਕਦਾ। ਮਹਾਰਾਜ ਕਹਿੰਦੇ ਮੇਰਾ ਖਾਲਸਾ ਚੜ੍ਹ ਕੇ ਆਵੇਗਾ, ਸਰਹੰਦ ਉੱਡ ਜਾਏਗੀ ਸਾਹਮਣੇ, ਨਜ਼ਰ ਨਹੀਂ ਆਏਗੀ। ਹਾਂਜੀ, ਧਨੀ ਕਨੀ ਮਹਿਲਾਇਤ ਹੋਈ, ਜਿਹੜਾ ਕਹਿੰਦੇ ਬੜਾ ਵੱਡਾ ਸ਼ਹਿਰ ਹੈ, ਬੜੀ ਸ਼ੇਰ ਦੀ ਗੁਫਾ ਬਣਾਈ ਬੈਠੇ ਨੇ, ਇੱਟ ਨੂੰ ਇੱਟ ਖੜਕਾ ਦਿਆਂਗੇ। ਸਕਲ ਸਦਨ ਕੀ ਜਰਾ ਉਖਰ ਹੈ, ਮਹਾਰਾਜ ਕਹਿੰਦੇ ਸਿੰਘ ਚੜ੍ਹ ਕੇ ਆਉਣਗੇ ਨਾ, ਨੀਹਾਂ ਵੀ ਪੁੱਟ ਦੇਣਗੇ ਸ਼ਹਿਰ ਤੋਂ, ਉੱਤੋਂ ਦੇ ਢਾਣਗੇ ਨਾ ਥੱਲਿਓਂ ਜੜ੍ਹਾਂ 'ਚੋਂ, ਸੋ ਇੱਥੇ ਮੇਰੇ ਸਿੰਘਾਂ ਦਾ ਹਲ ਵਗਿਆ ਕਰੇਗਾ। ਹਾਂਜੀ, ਖੇਤੀ ਬਾਹਨ ਬੋਵਨ ਕਰ ਹੈ, ਇੱਥੇ ਜਿੱਥੇ ਸ਼ਹਿਰ ਵਸਦਾ, ਜਿੱਥੇ 7-7 ਮੰਜ਼ਲਾਂ ਖੜੀਆਂ ਨੇ, ਇੱਥੇ ਕਣਕ ਬੀਜਿਆ ਕਰਨਗੇ, ਇੱਥੇ ਝੋਨਾ ਬੀਜਿਆ ਕਰਨਗੇ, ਸਿੰਘ ਹਲਵਾਇਆ ਕਰਨਗੇ। ਦੇਖ ਲਓ ਜਾ ਕੇ ਆਲੇ ਦੁਆਲੇ, ਕੋਈ ਛੱਡਿਆ ਸਰਹੰਦ ਦੇ, ਸਭ ਮੀਲਾਂ 'ਚ ਖੇਤੀ ਹੁੰਦੀ ਨਾ, ਇੱਥੇ ਸ਼ਹਿਰ ਹੁੰਦਾ ਸੀ ਸਾਧ ਸੰਗਤ 'ਚ। ਹਾਂਜੀ, ਅਸਫਲ ਪ੍ਰਾਪਤ ਪਾਪਨ ਕੇਰਾ, ਮਹਾਰਾਜ ਕਹਿੰਦੇ ਪਾਪਾਂ ਦਾ ਘੜਾ ਭਰ ਗਿਆ, ਹੱਦ ਹੋ ਗਈ ਹੈ, 7 ਸਾਲ ਅਤੇ 9 ਸਾਲ ਦੇ ਬੱਚੇ ਜਿਨ੍ਹਾਂ ਨੇ ਕਿਸੇ ਦਾ ਕੁਝ ਵਿਗਾੜਿਆ ਨਹੀਂ, ਇੰਨੀ ਬੇਰਹਿਮੀ ਨਾਲ ਕਤਲ ਕੀਤੇ ਆ, ਹੁਣ ਇਸ ਤੋਂ ਬਾਅਦ ਹੋਰ ਕੀ ਕਰ ਸਕਦੇ ਆ, ਬਸ ਹੱਦ ਹੈ, ਖਤਮ ਹੈ ਇਹਨਾਂ ਦਾ ਸਭ ਕੁਛ। ਹਾਂਜੀ, ਤੁਰਕ ਰਾਜ ਕੋ ਹੋਏ ਨਬੇੜਾ, ਰਾਜ ਇਕੱਲਾ ਤੁਰਕਾਂ ਦਾ ਰਾਜ ਨਬੇੜ ਕੇ ਰੱਖ ਦਿਆਂਗੇ। ਹਾਂਜੀ, ਦੋਏ ਬਾਰ ਕਹਿ ਕੱਲਾ ਜਾਊ, ਏਦਾਂ ਸੱਜੇ ਪਾਤਸ਼ਾਹ ਕਹਿੰਦੇ ਬਸ ਜੋ ਹੋਣਾ ਸੀ ਹੋ ਗਿਆ, ਭਇਓ ਲਚਾਰ ਮਹਾਂ ਪਛਤਾਊ, ਰਾਜ ਇਕੱਲੇ ਨੇ 2 ਵਾਰੀ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਹਿੰਦੇ ਪਹਿਲਾਂ ਬੋਲਣਾ ਸੀ, ਹੁਣ ਨਹੀਂ, ਹੁਣ ਤਾਂ ਬਚਨ ਨਿਕਲ ਚੁੱਕਾ। ਮਹਾਰਾਜ ਕਹਿ ਕੇ ਚੁੱਪ ਕਰ ਗਏ, ਤੇ ਰਾਏ ਕੱਲਾ ਲਚਾਰ ਹੋ ਕੇ ਬਹਿ ਗਿਆ ਥੱਲੇ। ਹਾਂਜੀ, ਅਵਰਿਸ ਮੈਂ ਬਖਸ਼ਤ ਕਿਮ ਨਾਹੀ, ਫਿਰ ਸੋਚਦਾ ਹੁਣ ਗੁੱਸੇ ਵਿੱਚ ਨੇ, ਹੁਣ ਨਹੀਂ ਮਾਫ ਕਰਨਗੇ। ਸੰਗ ਚਲੋ ਬੈਠ ਬਨਤ ਪਾਹੀ, ਨਾਲ ਚੱਲਾਂਗਾ, ਰੋਜ਼ ਨਾਲ ਰਵਾਂਗਾ, ਜਿੱਥੇ ਤਾਈਂ ਜਾਣਗੇ ਗੁਰੂ ਗੋਬਿੰਦ ਸਿੰਘ ਮੈਂ ਨਾਲ ਜਾਵਾਂਗਾ, ਰੋਜ਼ ਇਹਨਾਂ ਦੇ ਚਰਨਾਂ 'ਚ ਬੈਠਾਂਗਾ, ਜਦੋਂ ਕਦੀ ਠੰਡੇ ਹੋਣਗੇ ਉਦੋਂ ਬੇਨਤੀ ਕਰ ਲਾਂਗਾ। ਸਾਧ ਸੰਗਤ ਜੀ, ਇਹਨੂੰ ਕਹਿੰਦੇ ਵਿਸ਼ਵਾਸ, ਇਹਨੂੰ ਕਹਿੰਦੇ ਪਿਆਰ,
ਸਾਡੇ ਵਿੱਚ ਹੈ ਇੰਨਾ ਸਬਰ, ਅਸੀਂ ਕਹਿੰਦੇ ਹਾਂ ਗੁਰੂ ਨੇ ਸਾਡਾ ਕੀ ਵਿਗਾੜ ਲੈਣਾ। ਉਹ ਮੁਸਲਮਾਨ ਸਾਥੋਂ ਚੰਗਾ ਸੀ ਜਿਹਨੂੰ ਇਹ ਭਰੋਸਾ ਸੀ ਵੀ ਬੋਲ ਜਿਹੜਾ ਨਿਕਲ ਗਿਆ ਇਹ ਕੋਈ ਆਮ ਬੋਲ ਨਹੀਂ ਹੈ, ਪਰ ਬਖਸ਼ਵਾਣਾ ਇਹਨਾਂ ਕੋਲੋਂ ਹੀ ਹੈ, ਹੋਰ ਕੋਈ ਚਾਰਾ ਨਹੀਂ ਹੈ। ਮਨ 'ਚ ਸੋਚਿਆ ਕਹਿੰਦਾ ਹੁਣ ਤਾਂ ਗਰਮ ਨੇ, ਸੁਭਾਅ 'ਚ ਤਲਖੀ ਹੈ, ਬਖਸ਼ਣਗੇ ਨਹੀਂ, ਫਿਰ ਕਦੀ ਨਾਲ ਚੱਲਾਂਗਾ। ਹਾਂਜੀ, ਹੋਏ ਪ੍ਰਸੰਨ ਕਿਸ ਵਿੱਚ ਤੇ ਜਬੈ, 10-20 ਦਿਨ ਮਹੀਨਾ 6 ਮਹੀਨੇ ਕਦੀ ਤਾਂ ਖੁਸ਼ ਹੋਣਗੇ, ਕਦੀ ਤਾਂ ਮੇਰੇ 'ਤੇ ਪ੍ਰਸੰਨ ਹੋਣਗੇ, ਕਦੀ ਤਾਂ ਮਾਫ ਕਰਨਗੇ। ਹਾਂਜੀ, ਮਹਾਂਪੁਰਖ ਬਖਸ਼ਾਂਗੇ ਤਬੈ, ਇਹ ਮਹਾਂਪੁਰਸ਼ ਨੇ ਜਦੋਂ ਖੁਸ਼ ਹੋਣਗੇ, ਮੌਜੀ ਹੁੰਦੇ ਨੇ ਇਹ, ਜੇ ਆ ਜਾਣ ਆਈ ਦੇ ਉੱਤੇ ਤਾਂ ਸਾਰੀ ਧਰਤੀ ਪੁੱਠੀ ਕਰ ਦੇਣ, ਅਤੇ ਜੇ ਬਖਸ਼ਿਸ਼ 'ਤੇ ਆ ਜਾਣ ਤਾਂ ਕੀੜੀ ਨੂੰ ਬਾਦਸ਼ਾਹ ਬਣਾ ਦੇਣ। ਇਹਨਾਂ ਦੀ ਮੌਜ ਹੁੰਦੀ ਹੈ, ਇਹਨਾਂ ਦੀ ਖੁਸ਼ੀ ਲਈਏ। ਹਾਂਜੀ, ਨਿਜ ਲੋਕਨ ਸਨ ਉੱਚੋ ਚਾਰਾ, ਆਪਣੇ ਸਾਥੀਆਂ ਨੂੰ, 300 ਸਿਪਾਹੀਆਂ ਨੂੰ ਅਤੇ ਆਪਣੇ ਇਲਾਕੇ ਦੇ ਬੰਦਿਆਂ ਨੂੰ, ਆਪਣੇ ਮੰਤਰੀਆਂ ਨੂੰ ਰਾਏ ਇਕੱਲਾ ਇਉਂ ਬੋਲਿਆ, ਗਮਨੋ ਸਦਨ ਕਰੋ ਸਭ ਤਿਆਰਾ, ਕਹਿਣ ਲੱਗਾ ਬਈ ਘਰ ਜਾਓ, ਆਪੋ ਆਪਣੇ ਘਰ ਜਾ ਕੇ ਤਿਆਰੀਆਂ ਕਰੋ। ਹਾਂਜੀ, ਬਾਲਕ ਤ੍ਰੀਮਤ ਸਭ ਲੈ ਆਵੋ, ਆਪਣੇ ਬਾਲ ਬੱਚਿਆਂ ਨੂੰ, ਆਪਣੀਆਂ ਜਨਾਨੀਆਂ ਨੂੰ, ਆਪਣੇ ਪਰਿਵਾਰਾਂ ਨੂੰ ਗੱਡਿਆਂ 'ਤੇ ਬਹਾ ਕੇ ਨਾਲ ਲੈ ਆਓ। ਹਾਂਜੀ, ਰਾਖੇ ਸੰਗ ਤਹਾਂ ਕਰ ਜਾਓ, ਜਿੱਥੇ ਗਲਗੀਆਂ ਵਾਲੇ ਜਾਣਗੇ ਆਪਾਂ ਨਾਲ ਨਾਲ ਹੀ ਜਾਵਾਂਗੇ, ਆਪਾਂ ਸਣੇ ਪਰਿਵਾਰਾਂ ਦੇ ਜਾਵਾਂਗੇ, ਆਪਾਂ ਸਣੇ ਬੱਚਿਆਂ ਦੇ ਜਾਵਾਂਗੇ, ਆਪਾਂ ਘਰ ਵਾਲੀਆਂ ਨੂੰ ਨਾਲ ਲੈ ਕੇ ਚੱਲਾਂਗੇ, ਗੁਰੂ ਦੀ ਵੀਰ ਬਣ ਕੇ ਤੁਰਾਂਗੇ, ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰਨਗੇ ਉੱਥੋਂ ਆਵਾਂਗੇ। ਹਾਂਜੀ, ਨਾਹੀਂ ਤਕੋ ਗਨੀਵ ਚੜਿਆ ਵੈ, ਜੇ ਆਪਾਂ ਗੁਰੂ ਸਾਹਿਬ ਤੋਂ ਬਿਨਾਂ ਇੱਥੇ ਰਹਿ ਗਏ ਨਗਰ ਦੇ ਵਿੱਚ, ਗੁਰੂ ਸਾਹਿਬ ਚਲੇ ਗਏ, ਕੋਈ ਦੁਸ਼ਮਣ ਚੜ ਕੇ ਆ ਜਾਏਗਾ ਤਾਂ ਸਾਡਾ ਫਿਰ ਵੀ ਕੱਖ ਨਹੀਂ ਰਹਿਣਾ, ਗੁਰੂ ਤੋਂ ਵੀ ਬੇਮੁੱਖ ਹੋਵਾਂਗੇ ਅਤੇ ਮਾਰੇ ਵੀ ਜਾਵਾਂਗੇ। ਇਹ ਗੁਰੂ ਉਹਨੂੰ ਡਰ ਕੀ ਹੈ, ਦੇਖੋ ਉਹਨੂੰ ਡਰ ਇਹ ਹੈ ਵੀ ਪਾਤਸ਼ਾਹ ਨੇ ਬਚਨ ਕਰ ਦਿੱਤਾ, ਹੁਣ ਬਚਣਾ ਸਾਡਾ ਕੱਖ ਨਹੀਂ, ਅਤੇ ਬਚਾਅ ਇਹਦੇ ਵਿੱਚ ਹੀ ਹੈ ਵੀ ਗੁਰੂ ਸਾਹਿਬ ਦੇ ਨਾਲ ਚੱਲੀਏ, ਜਿਵੇਂ ਬਾਣੀ 'ਚ ਆਉਂਦਾ ਨਾ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉੱਭਰੇ ਨਾਨਕ ਅਜਬ ਡੇਠ। ਚੱਕੀ ਦੇ ਵਿੱਚ ਦੋ ਪੁੜ ਜੋੜ ਕੇ ਦਾਣੇ ਪੀਸੇ ਜਾਂਦੇ ਨਾ, ਜਿਹੜੇ ਕਿੱਲੀ ਦੇ ਕੋਲ ਰਹਿੰਦੇ ਉਹ ਬਚਦੇ ਆ, ਬਾਕੀ ਸਭ ਦੜ ਜਾਂਦੇ ਆ। ਹੁਣ ਗਲਗੀਆਂ ਵਾਲੇ ਪਾਤਸ਼ਾਹ ਸਾਹਮਣੇ ਬੈਠੇ, ਨਾਲ ਨਾਲ ਚੱਲੀਏ, ਆਪਣੀ ਜਾਨਾਂ ਦੇ ਬਚਣਗੀਆਂ, ਬਾਲ ਬੱਚੇ ਤੇ ਬਚਣਗੇ ਆਪਣੇ। ਹਾਂਜੀ, ਚੀਨਾ ਦੇਸ਼ ਮਹਾਬਲ ਪਾਵੇ, ਦੁਸ਼ਮਣ ਕੋਈ ਚੜ ਕੇ ਆ ਗਿਆ, ਆਪਣਾ ਰਾਜ ਖੋਹ ਲੈਣਗੇ, ਆਪਣਾ ਦੇਸ਼ ਖੋਹ ਲੈਣਗੇ ਜ਼ੋਰ ਪਾ ਕੇ, ਕਿਉਂਕਿ ਬਚਨ ਗੁਰੂ ਦਾ ਹੋ ਗਿਆ, ਹੁਣ ਸਾਡਾ ਰਾਜ ਰਹਿਣਾ ਕੋਈ ਨਹੀਂ। ਹਾਂਜੀ, ਸਭ ਔਰਤ ਕੀ ਬੇਨੀ ਗਹਿ ਗਏ, ਆਪਣੀਆਂ ਜਨਾਨੀਆਂ ਦੀ ਚੁੰਨੀਆਂ ਲਾਹ ਕੇ, ਉਹਨਾਂ ਦੀਆਂ ਚੋਟੀਆਂ ਫੜ ਫੜ ਕੇ, ਗੁੱਤਾਂ ਫੜ ਫੜ ਕੇ ਲੈ ਜਾਣਗੇ। ਹਾਂਜੀ, ਵਹਿਰਨ ਕਰੈ ਦੁਰਬਚ ਕਹਿ ਕਹਿ, ਗਾਲਾਂ ਕੱਢਣਗੇ, ਸਾਡੇ ਬੱਚਿਆਂ ਨੂੰ ਸਾਡੇ ਸਾਹਮਣੇ ਮਾਰਨਗੇ। ਹਾਂਜੀ, ਸ੍ਰੀ ਸਤਿਗੁਰੂ ਕੇ ਸੰਗ ਰਹੀ ਜੈ, ਆਪਾਂ ਗੁਰੂ ਜੀ ਦੇ ਨਾਲ ਚੱਲੀਏ, ਸਤਿਗੁਰਾਂ ਦੇ ਨਾਲ ਰਹੀਏ, ਸਤਿਗੁਰੂ ਬਚਾਣਗੇ। ਹਾਂਜੀ, ਥਿਰੋ ਥਿਰੈ ਥਿਰੋ ਗਮਨੈ ਗਮਨੀ ਜੈ, ਜੇ ਮਹਾਰਾਜ ਜਾਣ ਤਾਂ ਆਪਾਂ ਤੁਰ ਪਈਏ, ਤਾਂ ਜੇ ਮਹਾਰਾਜ ਰੁਕਣ ਤਾਂ ਆਪਾਂ ਰੁਕ ਜਾਈਏ, ਇਹਨਾਂ ਤੋਂ ਆਪਾਂ ਦੂਰ ਨਹੀਂ ਹੋਣਾ। ਬਈ ਸੁਣ ਲਓ ਸਾਰੇ, ਜਾਓ ਆਪਾਂ ਆਪਣੇ ਘਰਾਂ ਨੂੰ, ਅਤੇ ਆਪਣੇ ਆਪਣੇ ਬਾਲ ਬੱਚੇ ਟੱਬਰ ਟੀਰ ਸਾਰੇ ਗੱਡਿਆਂ 'ਤੇ ਬਹਾ ਕੇ ਲਿਆਓ, ਆਪਾਂ ਗੁਰੂ ਜੀ ਦੇ ਨਾਲ ਚੱਲਣਾ ਬਈ ਸਾਰਿਆਂ ਨੇ। ਹਾਂਜੀ, ਜਹ ਬਖਸ਼ਾਂਗੇ ਕਰਨਾ ਤਾਰ, ਜਿੱਥੇ ਕਿਰਪਾ ਕਰਕੇ ਸਾਨੂੰ ਬਖਸ਼ ਦੇਣਗੇ, ਮਾਫ਼ ਕਰ ਦੇਣਗੇ, ਆਪਾਂ ਉੱਥੋਂ ਮੁੜ ਆਵਾਂਗੇ,
ਜਿੰਨਾ ਚਿਰ ਬਖਸ਼ ਤੇ ਨਹੀਂ ਆਪਾਂ ਨਹੀਂ ਜਾਣਾ ਕਿਤੇ ਇਹਨਾਂ ਤੋਂ ਬਿਨਾਂ। ਹਾਂਜੀ ਤੇ ਹਟੋ ਸਭ ਹੁਨਾਰ। ਸੋ ਬਾਈ ਆਪਾਂ ਉੱਥੋਂ ਆ ਕੇ ਘਰ ਆਪਣੇ ਵੱਸ ਜਾਵਾਂਗੇ। ਜੇ ਕਹਿਣਗੇ ਵੀ ਜਾਓ ਤੁਹਾਨੂੰ ਮਾਫ਼ ਕਰਤਾ ਤੁਹਾਨੂੰ ਬਖਸ਼ ਦਿੱਤਾ, ਜਿੰਨਾ ਚਿਰ ਇਹ ਕਹਿੰਦੇ ਵੀ ਨਹੀਂ ਮਾਫ਼ ਕਰਨਾ ਉਹਨਾਂ ਚਿਰ ਆਪਾਂ ਇਹਨਾਂ ਤੋਂ ਵੀ ਦੂਰ ਨਹੀਂ ਹੋਣਾ। ਹਾਂਜੀ ਅਸ ਕਹਿਬੂੰ ਸੁਣ ਕਰ ਗੁਰ ਕਾਨ। ਇਸ ਤਰ੍ਹਾਂ ਸਾਧ ਸੰਗਤ ਜੀ ਰਾਏ ਇਕੱਲਾ ਆਪਣੇ ਜਦੋਂ ਬੰਦਿਆਂ ਨੂੰ ਕਹਿਣ ਲੱਗਾ ਤੇ ਉੱਠ ਖੜੇ ਹੋਏ। ਉਹ ਸਾਰੇ ਉਹਦਾ ਕਹਿਣਾ ਮੰਨਦੇ ਸੀ, ਉਹਨਾਂ ਨੂੰ ਵੀ ਵਿਸ਼ਵਾਸ ਸੀ ਵੀ ਗੁਰੂ ਮਹਾਰਾਜ ਭਜਨ ਬੜਾ ਕਰੜਾ ਕਰ ਦਿੱਤਾ, ਰਾਜ ਭਾਗ ਸਾਡਾ ਹੁਣ ਨਸ਼ਟ ਹੋ ਗਿਆ ਸਮਝੋ ਜੇ ਕਹਿ ਦਿੱਤਾ ਤੇ ਆਪਾਂ ਹੁਣ ਇਹਨਾਂ ਤੋਂ ਬਚਾਈਏ ਬਖਸ਼ਵਾਈਏ ਚੱਲ ਕੇ ਨਾਲ ਚੱਲੀਏ। ਪਹਿਲੇ ਜ਼ਮਾਨੇ 'ਚ ਤਰੀਕਾ ਹੁੰਦਾ ਸੀ ਜੇ ਕੋਈ ਮਹਾਂਪੁਰਸ਼ ਸ਼ਰਾਪ ਦੇ ਦਿੰਦਾ ਸੀ ਲੋਕ ਨਾਲ ਤੁਰ ਪੈਂਦੇ ਸੀ, ਜਦੋਂ ਮਾਫ਼ ਕਰੇਗਾ ਉਦੋਂ ਵਾਪਸ ਆਵਾਂਗੇ। ਇਹ ਤਾਂ ਕਈ ਵਾਰੀ ਹੋਇਆ ਸੱਤਵੇਂ ਪਾਤਸ਼ਾਹ ਨੂੰ ਭਾਈ ਗੋਰੇ ਨੇ ਜਿੰਨਾ ਚਿਰ ਮਹਾਰਾਜ ਨੇ ਬਖਸ਼ਿਆ ਨਹੀਂ ਨਾ ਉਨਾ ਚਿਰ ਭਾਈ ਗੋਰਾ ਗੁਰੂ ਹਰਿਰਾਇ ਸਾਹਿਬ ਦਾ ਸੰਗ ਨਹੀਂ ਛੱਡਿਆ ਸੀ। ਕਥਾ ਵੱਖਰੀ ਬੜੇ ਲੰਮੀ ਮੈਂ ਉੱਧਰ ਨਾ ਜਾਵਾਂ। ਕਹਿੰਦੇ ਰਾਏ ਇਕੱਲਾ ਕਹਿੰਦਾ ਦਸਵੇਂ ਪਾਤਸ਼ਾਹ ਦੇ ਨਾਲ ਚੱਲਾਂਗੇ, ਬਾਲ ਬੱਚੇ ਟਾਟ ਸਾਰਾ ਟੱਬਰ ਲੈ ਕੇ ਜਦੋਂ ਮਾਫ਼ ਕਰਨਗੇ ਉਦੋਂ ਆਵਾਂਗੇ। ਹਾਂਜੀ ਹਮਰੇ ਬਚਨ ਪ੍ਰਤੀਤ ਮਹਾਨ। ਦਸਵੇਂ ਪਾਤਸ਼ਾਹ ਸੁਣ ਰਹੇ ਨੇ ਰਾਏ ਇਕੱਲੇ ਦੀ ਗੱਲ ਸੁਣ ਕੇ, ਮਹਾਰਾਜ ਸੋਚਦੇ ਇਹਨੂੰ ਸਾਡੇ 'ਤੇ ਕਿੰਨਾ ਵਿਸ਼ਵਾਸ ਹੈ, ਇਹਨੂੰ ਸਾਡੇ 'ਤੇ ਕਿੰਨਾ ਭਰੋਸਾ, ਸਾਡੇ ਬਚਨ ਤੋਂ ਇਹ ਕਿੰਨਾ ਭੈ ਕਰਦਾ। ਹਾਂਜੀ ਦਇਆ ਸਿੰਧ ਤਵ ਦਇਆ ਡਰੇ ਹੈ। ਗੁਰੂ ਤਾਂ ਹੁੰਦੇ, ਗੁਰੂ ਨੇ ਸਾਧ ਸੰਗਤ ਜੀ ਉਹਨਾਂ ਦਾ ਗੁੱਸਾ ਵੀ ਮਿੰਟ 'ਚ ਆਉਂਦਾ ਅਤੇ ਮਿੰਟ 'ਚ ਉਤਰ ਜਾਂਦਾ। ਉਸੇ ਵੇਲੇ ਹੀ ਦਇਆ ਦੇ ਘਰ 'ਚ ਆ ਗਏ, ਉਸੇ ਵੇਲੇ ਹੀ ਰਹਿਮ ਕਰਨ ਲੱਗੇ ਸੱਚੇ ਪਾਤਸ਼ਾਹ। ਹਾਂਜੀ ਹਿਤ ਬਖਸ਼ਣ ਕੇ ਬਚਨ ਕਰੇ ਹੈ। ਰਾਏ ਇਕੱਲੇ ਵੱਲ ਵੇਖ ਕੇ ਉਹਨੂੰ ਬਖਸ਼ਣ ਲਈ ਬਚਨ ਕੀਤੇ ਹਨ। ਜੋਰਾਵਾਰੀ ਕਰਤ ਹੈ ਰਾਏ। ਰਾਏ ਤੂੰ ਸਾਡੇ ਨਾਲ ਜੋਰਾਵਾਰੀ ਕਰ ਰਿਹਾ, ਤੂੰ ਸਾਡੇ ਤੋਂ ਬਖਸ਼ਵਾਉਣ ਵਾਸਤੇ ਸਾਡੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਸਾਡੇ ਨਾਲ ਧੱਕਾ ਕਰ ਰਿਹਾ। ਹਾਂਜੀ ਜੜ ਆਪਣੀ ਰੱਖਣ ਦੇ ਦਾਏ। ਤੂੰ ਆਪਣੀ ਜੜ ਰੱਖਣੀ ਚਾਹੁੰਦਾ, ਤੂੰ ਸਾਡੇ ਤੋਂ ਜਿੱਦ ਨਾਲ ਸਾਡੇ ਮਗਰ ਲੱਗ ਕੇ ਸਾਡੇ ਨਾਲ ਚੱਲ ਕੇ ਬਖਸ਼ਵਾਉਣਾ ਚਾਹੁੰਦਾ ਤੂੰ ਸਾਡੇ ਕੋਲੋਂ। ਹਾਂਜੀ ਆਸ ਤਰਨ ਕੇ ਤਰ ਤਰਵਾਰ। ਮਹਾਰਾਜ ਉੱਚਦੇ ਪੀਰ ਬਣੇ ਹੋਏ ਸੀ, ਆਪਣੇ ਸਾਰੇ ਸ਼ਸਤਰ ਉਤਾਰ ਕੇ ਸਿਰਾਣੇ ਵਾਲੇ ਪਾਸੇ ਬਿਸਤਰੇ ਦੇ ਉੱਤੇ ਰੱਖ ਕੇ ਉੱਤੇ ਨੀਲਾ ਚਾਦਰਾ ਦਿੱਤਾ ਹੋਇਆ ਸੀ। ਸਿਰਾਣੇ ਦੇ ਥੱਲਿਓਂ ਆਪਣੇ ਸ਼ਸਤਰਾਂ 'ਚੋਂ ਇੱਕ ਤਲਵਾਰ ਜਿਹੜੀ ਸਾਧ ਸੰਗਤ ਜੀ ਹੁਣ ਵੀ ਮੌਜੂਦ ਹੈ, ਉਹ ਤਲਵਾਰ ਇਟਲੀ ਦੇ ਜਨੇਵਾ ਸ਼ਹਿਰ ਦੀ ਬਣੀ ਹੋਈ, ਉੱਤੇ ਮੋਹਰ ਲੱਗੀ ਹੋਈ ਜਨੇਵਾ ਲਿਖਿਆ ਇੰਗਲਿਸ਼ ਦੇ ਅੱਖਰਾਂ ਵਿੱਚ। ਕਲਗੀਆਂ ਵਾਲੇ ਪਾਤਸ਼ਾਹ ਨੂੰ ਉਹ ਕਿਸੇ ਬਾਹਰ ਦੇ ਮੁਲਕ ਤੋਂ ਕਿਸੇ ਸਿੰਘ ਨੇ ਭੇਟਾ ਕੀਤੀ ਸੀ। ਕਲਗੀ ਧਰ ਦੇ ਕਮਰ ਕਸੇ ਦੀ ਤਲਵਾਰ ਹੈ, ਬੜੀਆਂ ਕੀਮਤੀ ਕੀਮਤੀ ਤੇਗਾਂ ਪਾਤਸ਼ਾਹ ਪਹਿਨਿਆ ਕਰਦੇ ਸੀਗੇ। ਉਹ ਜਿਹੜੀ ਇਟਲੀ ਦੀ ਤਲਵਾਰ ਹੈ ਜਨੇਵਾ ਦੀ, ਉਹ ਸਿਰਾਣੇ ਥੱਲਿਓਂ ਚੁੱਕੀ ਦਸਵੇਂ ਪਾਤਸ਼ਾਹ ਨੇ। ਹਾਂਜੀ ਤੈ ਤੇ ਸ੍ਰੀ ਪ੍ਰਭ ਲਈ ਨਿਕਾਰ। ਬੜੀ ਕੀਮਤੀ ਤਲਵਾਰ ਹੈ ਸਾਧ ਸੰਗਤ ਜੀ, ਉਹਦੇ ਨਾਲ ਦੀ ਤਲਵਾਰ ਸ਼ਾਇਦ ਹੀ ਦੁਨੀਆਂ 'ਤੇ ਕੋਈ ਹੋਵੇ ਕਿ ਤਾਂ ਮਹਾਰਾਜ ਦੇ ਕਮਰ ਕਸੇ ਦੀ ਹੈ। ਇੱਕ ਜਿੱਥੋਂ ਬਣ ਕੇ ਆਈ ਇਟਲੀ ਤੋਂ ਜਨੇਵਾ ਤੋਂ, ਉਹ ਵੀ ਕਿਸੇ ਚੰਗੇ ਕਾਰੀਗਰ ਨੇ ਬੜਾ ਪੈਸਾ ਲਾ ਕੇ ਬਣਾਈ ਅਤੇ ਭੇਜੀ ਪਾਤਸ਼ਾਹ ਨੂੰ। ਉਹ ਕਮਰ ਕਸੇ ਦੀ ਤਲਵਾਰ ਹੈ ਜਿਹੜੀ ਚਮਕੌਰ ਦੇ ਜੰਗ ਵਿੱਚ ਪਾਤਸ਼ਾਹ ਦੇ ਕਮਰ ਕਸੇ 'ਚ ਰਹੀ ਹੈ, ਉਹ ਸਤਿਗੁਰੂ ਜੀ ਨੇ ਸਿਰਾਣੇ ਥੱਲਿਓਂ ਕੱਢੀ ਹੈ। ਹਾਂਜੀ ਨਿਜ ਕਰ ਮੈਂ ਤਰ ਬਾਕ ਬਖਾਨਾ। ਤਲਵਾਰ ਆਪਣੀ ਸਿਰਾਣਿਓਂ ਚੁੱਕ ਕੇ ਹੱਥ 'ਚ ਲੈ ਲਈ ਅਤੇ ਰਾਏ ਇਕੱਲੇ ਨੂੰ ਕਹਿੰਦੇ ਉਰੇ ਆ, ਸਾਹਮਣੇ ਬਹਿ ਗਿਆ ਗੋਡਿਆਂ ਭਾਰ ਹੋ ਕੇ। ਪਾਤਸ਼ਾਹ ਬੋਲੇ ਕਹਿਣ ਲੱਗੇ ਤੁਝਕੋ ਬਖਸ਼ੈ ਚਾਰ ਕਿਰਪਾਨਾ। ਦੇਖ ਬਈ ਸੋਹਣੀ ਤਲਵਾਰ ਇਹ ਸਾਡੇ ਗਾਤਰੇ ਦੀ ਹੈ, ਅਸੀਂ ਜਾਨ ਤੋਂ ਵੱਧ ਕੇ ਇਹਨੂੰ ਪਿਆਰ ਕਰਦੇ ਹਾਂ। ਜਦੋਂ ਸਾਨੂੰ ਪੁੱਤਰਾਂ ਦੀ ਯਾਦ ਆਈ ਸੀ ਮਾਛੀਵਾੜੇ, ਤਾਂ ਅਸੀਂ ਉਦੋਂ ਸੀਨੇ ਨਾਲ ਤਲਵਾਰ ਹੀ ਲਾਈ ਸੀ। ਆਹਾ ਕਿਸੇ ਕਵੀ ਨੇ ਲਿਖਿਆ ਨਾ
ਉਹ ਕਹਿੰਦਾ ਸੀਨੇ ਨਾਲ ਦੇਗ ਲਾ ਲਈ, ਜਦੋਂ ਯਾਦ ਪੁੱਤਰਾਂ ਦੀ ਆਈ, ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਿਛਾਈ। ਮਹਾਰਾਜ ਕਹਿੰਦੇ ਸਾਨੂੰ ਜਾਣ ਤੋਂ ਪਿਆਰੀ ਤਲਵਾਰ ਸਾਡੇ ਗਾਤਰੇ ਦੀ ਹੈ, ਇਹ ਤੈਨੂੰ ਬਖਸ਼ਣ ਲੱਗੇ ਆ ਰਾਏ ਕੱਲਾ। ਜਬ ਲਗ ਰੱਖੋ ਅਦਬ ਤਿਸ ਕੇਰਾ, ਜਿੰਨਾ ਚਿਰ ਇਸ ਤਲਵਾਰ ਦਾ ਅਦਬ ਰੱਖੋਗੇ, ਇਸ ਸ਼ਸਤਰ ਦੀ ਪੂਜਾ ਕਰੋਗੇ, ਰਹੇ ਬੰਸ ਹੋਏ ਰਾਜ ਵਡੇਰਾ, ਉਹਨਾਂ ਚਿਰ ਤੁਹਾਡਾ ਰਾਜ ਬੰਸ਼ ਚੱਲੇਗਾ, ਤੇਰੀ ਅੰਸ ਬੰਸ ਉਹਨਾਂ ਚਿਰ ਚੱਲੇਗੀ, ਰਾਜ ਵੀ ਚੱਲੇਗਾ ਉਹਨਾਂ ਚਿਰ ਜਿੰਨਾ ਚਿਰ ਗਾਤਰੇ ਸਾਡੇ ਦੀ ਤਲਵਾਰ ਦੀ ਪੂਜਾ ਕਰੋਗੇ। ਨਹਿ ਪੂਜੋ ਸਨਮਾਨੋ ਨਾਹੀ, ਜਦੋਂ ਤੁਹਾਡੇ ਕੁੱਲ ਵਿੱਚ ਇਹਦੀ ਪੂਜਾ ਹਟ ਜਾਏਗੀ, ਇਹਦਾ ਸਨਮਾਨ ਹਟ ਜਾਏਗਾ, ਇਹਦਾ ਸਤਿਕਾਰ ਕਰਨਾ ਛੱਡ ਦਿਓਗੇ, ਹਾਂਜੀ, ਕਿਦੋਂ ਪਾਏ ਲੈ ਕੋ ਗਰਮਾਹੀ, ਜਾਂ ਇਸ ਤਲਵਾਰ ਨੂੰ ਕੋਈ ਬੇਅਦਬੀ ਕਰਨ ਵਾਲਾ ਆਪਣੇ ਗਾਤਰੇ 'ਚ ਪਾ ਲਏਗਾ, ਹਾਂਜੀ। ਬੰਸ ਰਾਜ ਤਿਸ ਦਿਨ ਤੇ ਛੀਨ, ਉਸ ਦਿਨ ਤੋਂ ਰਾਜ ਵੀ ਖਤਮ ਹੋ ਜਾਏਗਾ ਤੇ ਬੰਸ ਵੀ ਬੰਦ ਹੋ ਜਾਏਗਾ, ਹਾਂਜੀ। ਕਛ ਨ ਰਹੇ ਸੱਚ ਲਿਹੋ ਚੀਨ, ਕੁਛ ਰਹੇਗਾ ਨਹੀਂ ਇਹ ਸੱਚ ਜਾਣ ਲਓ। ਸੁਣ ਕਰ ਦੋਨੋਂ ਹੱਥ ਪਸਾਰੇ, ਇਹ ਗੱਲ ਕਹਿ ਕੇ ਜਦੋਂ ਪਾਤਸ਼ਾਹ ਨੇ ਤਲਵਾਰ ਦੇਣੀ ਚਾਹੀ ਤੇ ਰਾਏ ਕੱਲੇ ਨੇ ਦੋਵੇਂ ਹੱਥ ਇੱਦਾਂ ਅੱਗੇ ਕਰ ਦਿੱਤੇ। ਸਤਿਗੁਰ ਕੇ ਹੋਏ ਨਿਕਟ ਅਗਾਰੇ, ਮਹਾਰਾਜ ਦੇ ਅੱਗੇ ਹੋਇਆ ਤੇ ਸਤਿਗੁਰੂ ਜੀ ਨੇ ਗਾਤਰੇ ਦੀ ਉਹ ਤਲਵਾਰ ਰਾਏ ਕੱਲੇ ਨੂੰ ਬਖਸ਼ੀ। ਦੀਜੈ ਸਤਿਗੁਰ ਪੂਜੈ ਸਦਾ, ਮਹਾਰਾਜ ਕਹਿੰਦੇ ਇਹ ਲੈ ਵੀ ਇਹਦੀ ਸੇਵਾ ਕਰਿਆ ਜੇ, ਸੋ ਉਹ ਮਹਾਰਾਜ ਤੋਂ ਲੈ ਕਰਕੇ ਸ਼ਸਤਰ ਦੀ ਤੇਗ ਦੀ ਪੂਜਾ ਕਰਨ ਲੱਗਾ। ਨਹੀਂ ਅਵਗਿਆ ਕਰੋ ਕਦਾ, ਕਹਿਣ ਲੱਗਾ ਸਦਾ ਇਹਦੀ ਪੂਜਾ ਕਰਾਂਗੇ, ਮਹਾਰਾਜ ਇਹਦੀ ਅਵਗਿਆ ਕਿਉਂ ਕਰਾਂਗੇ, ਇਹਦੀ ਬੇਅਦਬੀ ਕਿਉਂ ਕਰਾਂਗੇ, ਜੇ ਇਹਦੀ ਬੇਅਦਬੀ ਕਰਾਂਗੇ ਸਭ ਕੁਛ ਸਾਡਾ ਖਤਮ ਹੋ ਜਾਏਗਾ। ਹਿਰਦੈ ਪ੍ਰਸੰਨ ਰਾਏ ਬਹੋਵਾ, ਰਾਏ ਕੱਲਾ ਸੁਣ ਕੇ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਸ੍ਰੀ ਸਾਹਿਬ ਲੈ ਕੇ ਖੁਸ਼ ਬੜਾ ਹੋਇਆ। ਸੁੰਦਰ ਖੜਕ ਬੇਕੀਮਤ ਜੋਬਾ, ਬੇਸ਼ਕੀਮਤੀ ਤਲਵਾਰ ਸੀ ਸਾਧ ਸਿੰਘ ਜੀ, ਬੜੀ ਸੁੰਦਰ ਸੀ, ਜਨੇਵਾ ਦੀ ਬਣੀ ਹੋਈ, ਉੱਤੇ ਅੰਗਰੇਜ਼ੀ ਅੱਖਰਾਂ 'ਚ ਜਨੇਵਾ ਲਿਖਿਆ ਹੋਇਆ, ਇਟਲੀ ਦੇ ਆ ਜਿਹੜੇ ABC ਲੈਟਰ ਨੇ ਨਾ, ਲੈਟਿਨ ਭਾਸ਼ਾ ਦੇ, ਉਹਦੇ ਅੱਖਰ ਨੇ, ਇਟਲੀ ਬੋਲੀ ਦੇ ਵਿੱਚ ਹੈ ਜਨੇਵਾ, ਉੱਥੇ ਦੀ ਤਲਵਾਰ ਹੈ ਉਹ, ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਕਮਰ ਕਸੇ ਦੀ ਹੈ, ਹਾਂਜੀ। ਰਾਜ ਤੇਰ ਅਵੰਸ ਉਦਾਰਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਤੇਗ ਦਿੱਤੀ, ਨਾਲ ਆਖਿਆ ਸੇਵਾ ਕਰੋਗੇ ਅਦਬ ਰੱਖੋਗੇ ਤਾਂ ਰਾਜ ਰਹੇਗਾ। ਖੁਸ਼ ਹੋ ਗਿਆ ਰਾਏ ਕੱਲਾ ਵੀ ਹੁਣ ਮੇਰੇ ਰਾਜ ਦਾ ਕੋਈ ਮੈਨੂੰ ਖਤਰਾ ਨਹੀਂ ਹੈ, ਹਾਂਜੀ। ਰਾਖੋ ਰੱਖਣ ਹਰ ਮਹਾਰਾਜ, ਇਹ ਮਹਾਰਾਜ ਤੁਸੀਂ ਰੱਖਣ ਵਾਲੇ ਹੋ, ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੇ ਸੇਵਕ ਹਾਂ, ਸਾਡਾ ਤੁਸੀਂ ਖਿਆਲ ਕਰਨਾ, ਸਾਨੂੰ ਰੱਖ ਲਓ, ਬਖਸ਼ ਲਓ ਤੁਸੀਂ ਮਹਾਰਾਜ, ਹਾਂਜੀ। ਸ੍ਰੀ ਗੁਰੂ ਕਦਮ ਪਦਮ ਸਮ ਮਹਿਰੇ, ਉਸ ਵੇਲੇ ਉਹਨੇ ਸਾਧ ਸੰਗਤ ਜੀ ਕਿੰਨੀ ਕੁ ਭਾਵਨਾ ਸੀ ਉਹਦੇ ਅੰਦਰ, ਸ੍ਰੀ ਕਲਗੀਧਰ ਦੇ ਦੋਵੇਂ ਪਵਿੱਤਰ ਚਰਨ ਜੋ ਜ਼ਮੀਨ 'ਤੇ ਟਿਕੇ ਹੋਏ ਸਨ ਉਹਨਾਂ ਵੱਲ ਵੇਖਿਆ। ਬਾਰ ਬਾਰ ਬੰਦਾ ਤਿਸ ਬੇਲੇ, ਤੇ ਸ੍ਰੀ ਸਾਹਿਬ ਉੱਚੀ ਕਰਕੇ ਮਹਾਰਾਜ ਦੇ ਅੱਗੇ ਚਰਨਾਂ ਦੇ ਆਪਣਾ ਸਿਰ ਰੱਖ ਦਿੱਤਾ ਤੇ ਮਹਾਰਾਜ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਆਪਣੇ ਅੱਖਾਂ ਦੇ ਹੰਝੂਆਂ ਨਾਲ ਪਾਤਸ਼ਾਹ ਦੇ ਚਰਨ ਧੋ ਦਿੱਤੇ। ਹੱਥ ਜੋੜ ਕਰ ਖਰੋ ਅਗਾੜੀ, ਹੱਥ ਜੋੜ ਕੇ ਸਾਹਮਣੇ ਖਲੋਤਾ ਹੈ ਤੇ ਬੈਰਾਗ ਵਿੱਚ ਆਇਆ ਹੋਇਆ ਰਾਏ ਕੱਲਾ। ਦੇਹੋ ਆਗਿਆ ਹੋਏ ਸੇਵ ਤੁਮਾਰੀ, ਮਹਾਰਾਜ ਮੈਨੂੰ ਆਗਿਆ ਦਿਓ ਮੈਂ ਕੀ ਸੇਵਾ ਕਰਾਂ, ਹੁਣ ਮੈਨੂੰ ਹੁਕਮ ਦਿਓ, ਹੁਣ ਤਾਂ ਮੈਂ ਕਿਸੇ ਤੋਂ ਨਹੀਂ ਡਰਦਾ, ਮਹਾਰਾਜ ਮੈਨੂੰ ਹੁਕਮ ਦਿਓ ਅਤੇ ਮੈਂ ਸਰਹੰਦ ਫਤਿਹ ਕਰਦਿਆਂ, ਤੁਸੀਂ ਹੁਕਮ ਕਰੋ, ਮੈਂ ਦਿੱਲੀ 'ਤੇ ਹੱਲਾ ਕਰਦਿਆਂ, ਮੈਂ ਤੁਹਾਡੇ ਲਈ ਮਰਨ ਲਈ ਤਿਆਰ ਹਾਂ, ਕੋਈ ਵੀ ਸੇਵਾ ਫਰਮਾ ਦਿਓ ਮੈਨੂੰ, ਮੈਂ ਹਾਜ਼ਰ ਹਾਂ। ਰਾਏ ਕੱਲਾ ਗੁਰੂ ਸਾਹਿਬ ਜੀ ਦੇ ਬਚਨਾਂ 'ਤੇ ਪੂਰੀ ਤਰ੍ਹਾਂ ਵਿਕਿਆ ਹੋਇਆ ਸੀ, ਇੱਕ ਮੁਸਲਮਾਨ ਦੇ ਅੰਦਰ ਇੰਨੀ ਸ਼ਰਧਾ ਹੋਣੀ, ਇਹ ਵੀ ਸਾਧ ਸੰਗਤ ਜੀ ਗੁਰੂ ਕਲਗੀਆਂ ਵਾਲੇ ਦੀ ਸ਼ਖਸੀਅਤ ਦਾ ਪ੍ਰਭਾਵ ਹੈ,
ਉਹਨਾਂ ਦੀ ਹਸਤੀ ਦਾ ਪ੍ਰਭਾਵ ਹੈ। ਹਾਂਜੀ, ਸ੍ਰੀ ਗੁਰੂ ਕਹੋ ਗਮਨ ਹਮ ਚਾਹੈ। ਮਹਾਰਾਜ ਕਹਿੰਦੇ ਰਾਏ ਕੱਲਾ ਹੁਣ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ। ਤੂੰ ਵੀ ਜਾਓ ਆਪਣ ਘਰ ਮਾ ਹੈ, ਤੂੰ ਆਪਣੇ ਘਰ ਜਾ ਹੁਣ, ਇਹ ਸਾਡੀ ਸ੍ਰੀ ਸਾਹਿਬ ਦੀ ਸੇਵਾ ਕਰੀ ਜਾਵੀਂ, ਤੇਰੇ ਰਾਜ ਨੂੰ ਕੋਈ ਖਤਰਾ ਨਹੀਂ ਹੋਵੇਗਾ। ਜਦੋਂ ਇਹਦੀ ਬੇਅਦਬੀ ਹੋਵੇਗੀ ਉਦੋਂ ਰਾਜ ਖਤਮ ਹੋ ਜਾਏਗਾ। ਹਾਂਜੀ, ਜੰਗਲ ਦੇਸ਼ ਹਮਾਰੇ ਸਿੱਖ। ਮਹਾਰਾਜ ਕਹਿੰਦੇ ਅੱਗੇ ਅਸੀਂ ਜੰਗਲ ਮਾਲਵੇ ਨੂੰ ਜਾਣਾ ਹੈ, ਜੰਗਲ ਦੇਸ਼ ਮਾਲਵੇ ਨੂੰ ਕਹਿੰਦੇ ਸੀ। ਉੱਥੇ ਸਾਡੇ ਸਿੰਘ ਬੜੇ ਹਨ, ਉਹਨਾਂ ਮਾਲਵਈ ਸਿੰਘਾਂ ਨੂੰ ਨਾਲ ਲੈ ਕੇ ਅਸੀਂ ਫੌਜਾਂ ਤਿਆਰ ਕਰਨੀਆਂ। ਤਾਹਾਂ ਬਤਾਵੇ ਸਮਾਂ ਭਵਿੱਖ, ਅਸੀਂ ਭਵਿੱਖ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਮਾਲਵੇ ਦੇ ਇਲਾਕੇ 'ਚ, ਯਾਨੀ ਕਿ ਅੱਗੇ ਜਿਹੜਾ ਇਲਾਕਾ ਇੱਥੋਂ ਸ਼ੁਰੂ ਹੋ ਰਿਹਾ, ਮੋਗੇ ਦਾ ਇਲਾਕਾ, ਫਿਰ ਅੱਗੇ ਕੋਟਕਪੂਰੇ ਦਾ ਇਲਾਕਾ, ਮੁਕਤਸਰ ਦਾ ਇਲਾਕਾ, ਫਿਰ ਤਾਂ ਬਠਿੰਡੇ ਦਾ ਇਲਾਕਾ, ਇੱਧਰ ਜਾਵਾਂਗੇ, ਸਾਡੇ ਸਿੰਘ ਰਹਿੰਦੇ ਬਰਾੜ, ਅਸੀਂ ਉਹਨਾਂ ਤੋਂ ਸੇਵਾ ਲਵਾਂਗੇ। ਹਾਂਜੀ, ਆਹ ਸੇਵਾ ਕੀ ਚਾਹ ਨ ਕੋਈ, ਹੁਣ ਸਾਨੂੰ ਕੋਈ ਸੇਵਾ ਦੀ ਚਾਹਨਾ ਨਹੀਂ ਹੈ, ਹੁਣ ਤੂੰ ਸਾਡੀ ਖੁਸ਼ੀ ਤੈਨੂੰ ਮਿਲ ਗਈ, ਤੂੰ ਘਰ ਜਾ ਹੁਣ। ਹਾਂਜੀ, ਜਿਸਤ ਕਹੈ ਤੋਹੇ ਕੋ ਸੋਈ, ਹੁਣ ਜੇ ਲੋੜ ਹੁੰਦੀ ਤੈਨੂੰ ਕਹਿ ਦਿੰਦੇ, ਸਾਨੂੰ ਕੋਈ ਇੱਛਾ ਹੀ ਨਹੀਂ, ਕਿਉਂਕਿ ਬੇਪਰਵਾਹ ਹੋ ਗਏ ਸਨ ਕਲਗੀਆਂ ਵਾਲੇ ਪਾਤਸ਼ਾਹ, ਇੱਛਾਵਾਂ ਤਾਂ ਸਦਾ ਹੀ ਉਹਨਾਂ ਤੋਂ ਦੂਰ ਰਹਿੰਦੀਆਂ ਸਨ, ਉਹਨਾਂ ਦੇ ਫੁਰਨੇ ਆਪ ਹੀ ਪਰਮੇਸ਼ਰ ਪੂਰੇ ਕਰੀ ਜਾਂਦਾ। ਕਹਿੰਦੇ ਅਸੀਂ ਭਾਈ ਹੁਣ ਕੀ ਮੰਗੀਏ ਤੇਰੇ ਤੋਂ, ਸਾਨੂੰ ਕੋਈ ਇੱਛਾ ਨਹੀਂ ਹੈ। ਹਾਂਜੀ, ਇਵੇਂ ਕਹਿ ਪਲੰਗ ਤਬੈ ਉਠਵਾਇਓ, ਇਹ ਕਹਿ ਕੇ ਆਪਣਾ ਪਲੰਗ ਸਿੰਘਾਂ ਨੂੰ ਕਹਿੰਦੇ ਚੁੱਕੋ ਬਈ, ਸਿੰਘਾਂ ਨੇ ਫਿਰ ਪਲੰਗਾਂ ਚੁੱਕ ਲਿਆ ਤੇ ਕਲਗੀਆਂ ਵਾਲੇ ਗਾਂ ਤੁਰ ਪਏ ਹਨ। ਰਾਏ ਚਮੋ ਜੁਤ ਸੀਸ ਨਵਾਇਓ, ਰਾਏ ਕੱਲਾ ਸਤਿਗੁਰੂ ਦੀ ਸ੍ਰੀ ਸਾਹਿਬ ਤੇਗ ਲੈ ਕੇ ਮੱਥਾ ਟੇਕ ਕੇ ਵਿਦਾਇਗੀ ਲੈ ਕੇ ਗਿਆ ਹੈ। ਜੰਗਲ ਦਿਸ਼ਾ ਬਦਨ ਕਰ ਚੱਲੇ, ਜੰਗਲ ਵਾਲੇ ਪਾਸੇ ਮਾਲਵੇ ਦੀ ਧਰਤੀ ਵੱਲ ਮੂੰਹ ਕਰਕੇ ਤੁਰ ਪਏ ਨੇ ਕਲਗੀਆਂ ਵਾਲੇ ਪਾਤਸ਼ਾਹ ਜੀ। ਮੁੱਠਾ ਫਿਰੈ ਸੀਸ ਭਰ ਪਲੇ, ਪਿੱਛੇ ਭਾਈ ਮਾਨ ਸਿੰਘ ਜੀ, ਭਾਈ ਧਰਮ ਸਿੰਘ ਜੀ, ਦਇਆ ਸਿੰਘ ਜੀ ਵਾਰੀ ਵਾਰੀ ਚੌਰ ਕਰਦੇ ਨੇ ਮੁੱਠਾ। ਪਹਿਲੇ ਜ਼ਮਾਨੇ 'ਚ ਤੁਸੀਂ ਦੇਖਿਆ ਹੋਣਾ ਮੋਰ ਦੇ ਖੰਭਾਂ ਦਾ ਮੁੱਠਾ ਬਣਾ ਕੇ ਉਹ ਕਰਦੇ ਹੁੰਦੇ ਸੀ, ਮੋਰ ਦੇ ਖੰਭਾਂ ਦਾ ਮੁੱਠਾ ਸੀਸ 'ਤੇ ਝੂਲਦਾ, ਨੀਲੇ ਕੱਪੜੇ ਪਾਏ ਨੇ, ਉੱਚਦੇ ਪੀਰ ਪਾਤਸ਼ਾਹ ਜਾ ਰਹੇ ਨੇ। ਹਾਂਜੀ, ਗ੍ਰਾਮ ਏਕਪੁਰ ਜਾਏ ਪਹੁੰਚੇ ਜਾਏ, ਹਾਂ ਇੱਦਾਂ ਪਿੰਡਾਂ ਵਿੱਚ ਚਰਨ ਪਾਉਂਦੇ ਪਾਉਂਦੇ ਇੱਕ ਪਿੰਡ ਜਾ ਪਹੁੰਚੇ ਨੇ। ਬਦਰੀ ਤਰ ਤਰ ਪਲੰਗ ਟਕਾਏ, ਉਹਦੇ ਬੇਰੀ ਦਾ ਰੁੱਖ ਸੀ ਉਹਦੇ ਥੱਲੇ ਚਰਨ ਪਾਏ ਨੇ, ਬੇਰੀ ਥੱਲੇ ਬੈਠੇ ਨੇ। ਕਰਿਓ ਸੁਚੇਤਾ ਥਿਰ ਕੁਛ ਭਏ, ਮਹਾਰਾਜ ਕੁਝ ਸਮਾਂ ਉੱਥੇ ਪੰਜ ਇਸ਼ਨਾਨਾ ਕੀਤਾ, ਜਲ ਪਾਣੀ ਵਰਤਿਆ ਹੈ। ਬਾਹਰੋਂ ਆਗਿਆ ਚਲਪੋ ਕਏ, ਫਿਰ ਉੱਥੋਂ ਅੱਗੇ ਚੱਲਣ ਦੀ ਆਗਿਆ ਦੇ ਦਿੱਤੀ ਹੈ। ਸਨੇ ਸਨੇ ਮਾਰਗ, ਸਨੇ ਸਨੇ ਮਾਰਗ ਉਲੰਘੇ, ਸਾਰਾ ਪਿੰਡ ਇੱਦਾਂ ਲੰਘਦੇ ਜਾ ਰਹੇ ਨੇ ਪਾਤਸ਼ਾਹ। ਜੰਗਲ ਦੇਸ਼ ਆਏ ਨਹਿਰੰਤੇ, ਮਹਾਰਾਜ ਜੰਗਲ ਦੇਸ਼ ਵੱਲ ਜਾ ਰਹੇ ਨੇ, ਮਾਲਵੇ ਦੀ ਧਰਤੀ ਵੱਲ ਜਾ ਰਹੇ ਨੇ। ਏਕ ਨਿਸ਼ਾ ਬਸ ਗਏ ਅਗਾਰੀ, ਇੱਕ ਰਾਤ ਰਹਿ ਕੇ ਫਿਰ ਅੱਗੇ ਤੁਰ ਪਏ ਨੇ। ਹਾਜੀ ਵੇਖ ਪਲੰਗ ਅਸਵਾਰੀ, ਹਾਜੀ ਬਣੇ ਹੋਏ ਨੇ ਪਲੰਘ ਦੀ ਸਵਾਰੀ ਕਰ ਰਹੇ ਨੇ ਸੀਸ ਤੇ ਭਾਈ ਦਇਆ ਸਿੰਘ ਜੀ, ਮਾਨ ਸਿੰਘ ਜੀ ਚੌਰ ਕਰਦੇ ਨੇ। ਹਾਂਜੀ, ਸਨਮੁਖ ਸਿੰਘ ਮਿਲਿਓ ਇੱਕ ਆਏ, ਸਾਹਮਣੇ ਇੱਕ ਸਿੰਘ ਆਇਆ ਜਿਹਦਾ ਇਤਿਹਾਸ ਵਿੱਚ ਨਾਮ ਭਾਈ ਨਗਾਈਆ ਸਿੰਘ ਕਰਕੇ ਆਉਂਦਾ। ਹਾਂਜੀ, ਸ੍ਰੀ ਗੁਰੂ ਦੇਖੇ ਸੀਸ ਨਵਾਏ, ਨਗਾਈਏ ਸਿੰਘ ਨੇ ਆ ਕੇ ਮੱਥਾ ਟੇਕਿਆ ਪਾਤਸ਼ਾਹ ਨੂੰ। ਹਾਂਜੀ, ਪਰੇ ਉਹ ਜੀਨ ਜਿਸ ਪਾਸ ਤੁਰੰਗਾ, ਉਹਦੇ ਕੋਲ ਘੋੜਾ ਬੜਾ ਸੋਹਣਾ, ਸਿੰਘ ਦੇ ਕੋਲ ਕਾਠੀ ਪਈ ਹੋਈ ਸੋਹਣੇ ਘੋੜੇ ਦੇ। ਹਾਂਜੀ, ਦੀਰਘ ਚਾਲ ਚਪਲ ਬਲ ਸੰਗਾ, ਬੜਾ ਬਲੀ ਘੋੜਾ, ਲੰਮੀ ਚਾਲ ਚੱਲਣ ਵਾਲਾ। ਹਾਂਜੀ, ਅਰਪਣ ਕਰਿਓ ਹੱਥ ਜੁਗ ਜੋਰੇ, ਉਹਨੇ ਮਹਾਰਾਜ ਨੂੰ ਮੱਥਾ ਟੇਕਿਆ
ਦੋਵੇਂ ਹੱਥ ਜੋੜ ਕੇ ਆਪਣਾ ਘੋੜਾ ਬਾਜਾਂ ਵਾਲੇ ਨੂੰ ਭੇਟਾ ਕਰ ਦਿੱਤਾ। ਸ੍ਰੀ ਪ੍ਰਭ ਤਬ ਅਰੋਹੋ ਕਰ ਘੋੜੇ, ਉਸ ਵੇਲੇ ਪਾਤਸ਼ਾਹ ਪਲੰਘਾ ਛੱਡ ਦਿੱਤਾ, ਪਲੰਘੇ ਦੀ ਸਵਾਰੀ ਛੱਡ ਕੇ ਘੋੜੇ ਤੇ ਸਵਾਰ ਹੋ ਗਏ ਫਿਰ ਸਤਿਗੁਰੂ। ਹਾਂਜੀ, ਦੀਨਾ ਗ੍ਰਾਮ ਨਿਕਟ ਜਬ ਆਇਓ, ਤੁਰਦੇ ਤੁਰਦੇ ਮਹਾਰਾਜ ਦੀਨਾ ਕਾਂਗੜ, ਉਹ ਜਿਹੜਾ ਇਲਾਕਾ ਉਧਰ ਜਾ ਪਹੁੰਚੇ ਨੇ, ਦੀਨੇ ਪਿੰਡ। ਹਾਂਜੀ, ਹੁਣ ਕਾਂਗੜ ਤੇ ਨਿਕਸ ਵਸਾਇਓ, ਇਹ ਕਾਂਗੜੇ ਵਿੱਚੋਂ ਦੀਨਾ ਵੱਖਰਾ ਹੋਇਆ ਸੀ। ਦੀਨਾ ਪਹਿਲਾਂ ਕਾਂਗੜ ਸੀ ਪਿੰਡ, ਛੇਵੇਂ ਪਾਤਸ਼ਾਹ ਜਦੋਂ ਆਏ ਨੇ, ਬਾਅਦ ਵਿੱਚ ਉਹਦੇ ਚੋਂ ਦੀਨਾ ਪਿੰਡ ਵਸਿਆ ਸੀ। ਹਾਂਜੀ, ਸ੍ਰੀ ਸਤਿਗੁਰੂ ਹਰਗੋਬਿੰਦ ਸੰਗ, ਪਾਤਸ਼ਾਹ ਮਹਾਬਲੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਇੱਧਰ ਆਏ ਸੀ, ਭਾਈ ਬਿਧੀ ਚੰਦ ਘੋੜੇ ਕੱਢ ਕੇ ਲਿਆਇਆ ਸੀ ਜਦੋਂ। ਹਾਂਜੀ, ਮਿਲੇ ਉਹ ਜੋਧ ਸਿੱਖ ਪਾਸਰ ਬੰਗ, ਉਸ ਵੇਲੇ ਭਾਈ ਜੋਧ ਰਾਏ ਜੀ ਇੱਥੋਂ ਦੇ ਰਾਜੇ ਸਨ, ਕਾਂਗੜ ਦੇ, ਦੀਨੇ ਕਾਂਗੜ ਦੇ। ਉਹ ਹਜ਼ਾਰ ਫੌਜੋਂ ਰੱਖਦੇ ਸੀ, ਬੜੇ ਰਾਠ ਬੰਦੇ ਸੀ। ਉਹ ਮਹਾਰਾਜ ਦੇ ਸੇਵਕ ਸੀ ਭਾਈ ਜੋਧ ਰਾਏ ਜੀ। ਉਹਨਾਂ ਨੇ ਮਹਾਰਾਜ ਦੇ ਨਾਲ ਹੋ ਕੇ ਮਹਾਰਾਜ ਦੀ ਜੰਗ ਲੜੀ ਸੀ। 1000 ਫੌਜ ਉਹਨਾਂ ਦੀ ਸੀ, 3000 ਗੁਰੂ ਦੀ ਸੀ, 4000 ਫੌਜ ਨਾਲ ਮਹਾਰਾਜ ਦਸਮ ਛੇਵੇਂ ਪਾਤਸ਼ਾਹ ਨੇ ਲਲਾ ਬੇਗ ਦੀ 34000 ਫੌਜ ਮਾਰੀ ਸੀ। ਹਾਂਜੀ, ਲਲਾ ਬੇਗ ਸੋ ਰਣ ਜਿਸ ਕਾਲ, ਜਦੋਂ ਲਲਾ ਬੇਗ ਨਾਲ ਮਹਾਰਾਜ ਦੀ ਜੰਗ ਹੋਈ ਸੀ, ਉਹਦੇ ਵਿੱਚ ਭਾਈ ਜੋਧ ਰਾਏ ਜੀ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ ਸੀ 1000 ਫੌਜ ਲੈ ਕੇ। ਹਾਂਜੀ, ਲਰਿਓ ਤਵਲੇ ਚਮੂ ਵਿਸਾਲ, ਭਾਈ ਜੋਧ ਰਾਏ ਬੜੇ ਗੁਰਮੁਖ ਸੀਗੇ ਤੇ ਉਹਨਾਂ ਦੀ ਘਰਵਾਲੀ ਇੰਨੀ ਸਿਆਣੀ ਸੀ ਵੀ ਉਹਨੇ ਉੱਥੇ ਇੱਕ ਜਿਵੇਂ ਐਕਸਪੈਰੀਮੈਂਟ ਕਹਿ ਲਓ ਉਹਨੇ ਕਰਕੇ ਦਿਖਾਇਆ ਸੀ ਵੀ ਉੱਥੋਂ ਫੌਜ ਭਾਈ ਬਿਧੀ ਚੰਦ ਘੋੜੇ ਲੈ ਆਇਆ ਸੀ ਅਤੇ ਉਹਨੇ ਆ ਕੇ ਕਹਿ ਤਾ ਮਹਾਰਾਜ ਵੀ ਫੌਜ ਮੇਰੇ ਪਿੱਛੇ ਹੀ ਆਉਣ ਵਾਲੀ ਆ, ਵੀ ਮੈਂ ਇੱਥੇ ਪਹੁੰਚਿਆ ਤਾਂ ਫੌਜ ਤੁਰ ਪਈ ਉੱਥੋਂ। ਅਤੇ ਕਹਿੰਦੇ ਕਿੰਨੀ ਕੁ ਫੌਜ ਦਾ ਪਤਾ ਕਿਵੇਂ ਲੱਗੇ? ਉਹ ਜਿਹੜੀ ਬੀਬੀ ਸੀ ਨਾ, ਉਹ ਕਹਿੰਦੀ ਜੀ ਮੈਂ ਦੱਸ ਸਕਦੀ ਹਾਂ, ਜੋਧ ਰਾਏ ਦੀ ਘਰ ਵਾਲੀ। ਉਹਨੇ ਆ ਜਿਹੜੀ ਕਹਿ ਦੀ ਥਾਲੀ ਹੁੰਦੀ ਨਾ, ਕਹਿ ਦੀ ਥਾਲੀ ਪਹਿਲਾਂ ਹੁੰਦੀ ਸੀ ਪਿੰਡਾਂ 'ਚ ਆਪਣੇ ਕਾਂਸੀ ਦੇ ਭਾਂਡੇ, ਕਹਿ ਦੀ ਥਾਲੀ 'ਚ ਸੁੱਕੇ ਚਣੇ ਪਾ ਕੇ ਨਾ ਛੋਲੇ ਅਤੇ ਜ਼ਮੀਨ 'ਤੇ ਰੱਖ ਦਿੱਤੇ, ਉਹਨੂੰ ਕੰਨ ਲਾ ਲਿਆ। ਉਹ ਕਹਿੰਦੇ ਵੀ ਮਹਾਰਾਜ ਇੰਨੀ ਫੌਜ ਹੈ ਇੱਥੋਂ ਚੜ੍ਹ ਪਈ ਹੈ, ਇੰਨੀ ਦੂਰ ਹੈ, ਕਿਉਂਕਿ ਧਰਤੀ ਜਿਹੜੀ ਘੋੜੇ ਦੌੜਦੇ ਨਾ ਅਤੇ ਉਹ ਕੰਪਨ ਕਰਦੀ ਹੈ, ਅਤੇ ਜ਼ਿਆਦਾ ਘੋੜੇ ਸੀ, 34000 ਫੌਜ ਸੀ। ਉਹ ਬੀਬੀ ਨੇ ਉੱਥੇ ਦੱਸਿਆ ਗੁਰਪ੍ਰਤਾਪ ਚਾਹੁੰਦਾ ਬਈ ਉਹਨੇ ਮਹਾਰਾਜ ਨੂੰ, ਮਹਾਰਾਜ ਇੰਨੀ ਫੌਜ ਇੰਨੀ ਚੜ੍ਹ ਪਈ ਹੈ, ਮਹਾਰਾਜ ਕਹਿੰਦੇ ਕਰੋ ਤਿਆਰੀ ਜੰਗ ਦੀ। ਸੋ ਇਹੋ ਜਿਹੇ ਭਾਈ ਜੋਧ ਰਾਏ ਸੀ, ਇਹੋ ਜਿਹੀ ਉਹਨਾਂ ਦੀ ਘਰਵਾਲੀ ਸੀਗੀ, ਸਿਆਣੀ ਪੁਰਾਣੀਆਂ ਮਾਈਆਂ ਕੋਲ ਕਿਹੋ ਜਿਹੇ ਤਰੀਕੇ ਸੀਗੇ, ਦੇਖੋ ਸਾਧ ਸੰਗਤ ਜੀ। ਤੋ ਅੱਜ ਕੱਲ੍ਹ ਪੜ੍ਹੇ ਲਿਖਿਆਂ ਨੂੰ ਵੀ ਇਹ ਗੱਲਾਂ ਨਹੀਂ ਸਮਝ। ਉਹ ਮਾਈ ਅਤੇ ਉਹ ਸਾਰੇ ਪਰਿਵਾਰ ਸੇਵਕ ਸੀਗੇ, ਉੱਧਰੋਂ ਲਾਗੇ ਹੀ ਪਿੰਡ ਭਾਈ ਰੂਪਾ ਜੀ, ਉਹ ਵੀ ਮਹਾਰਾਜ ਦੇ ਸੇਵਕ ਸੀਗੇ। ਹਾਂਜੀ, ਸ੍ਰੀ ਅਰਜਨ ਸੁਤ ਬਹੁਤ ਰਜਾਇਓ, ਉਹਨੇ ਫਿਰ ਜੋਧ ਰਾਏ ਨੇ ਆਪਣੀ ਫੌਜ ਲੈ ਕੇ ਮਹਾਰਾਜ ਦੀ ਸੇਵਾ ਕੀਤੀ, ਗੁਰੂ ਹਰਗੋਬਿੰਦ ਸਾਹਿਬ ਨੂੰ ਬੜਾ ਖੁਸ਼ ਕੀਤਾ। ਹਾਂਜੀ, ਦੀਰਘ ਪ੍ਰਮ ਕ੍ਰਮ ਕਰ ਦਿਖਰਾਇਓ, ਬੜਾ ਯੁੱਧ ਕਰਕੇ ਦਿਖਾਇਆ, ਆਪਣੀ ਫੌਜ ਸਮੇਤ ਅੱਗੇ ਹੋ ਕੇ ਲੜਿਆ ਭਾਈ ਜੋਧ ਰਾਏ ਤੁਰਕਾਂ ਦੀ ਫੌਜ ਨਾਲ। ਲਲਾ ਬੇਗ ਨੂੰ ਛੇਵੇਂ ਪਾਤਸ਼ਾਹ ਨੇ ਮਾਰਿਆ, ਕੰਬਰ ਬੇਗ ਨੂੰ, ਕਾਬਲ ਬੇਗ ਨੂੰ, ਉਹ ਮਾਰ ਕੇ ਅਤੇ ਜੰਗ 34000 ਤੁਰਕ ਮਾਰ ਕੇ ਦੱਬ ਕੇ ਥੱਲੇ ਉੱਤੇ ਥੜਾ ਬਣਾ ਕੇ ਪਾਤਸ਼ਾਹ ਬੈਠੇ ਸੀ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਤਿਨਕੇ ਪੌਤਰ ਤਿੰਨ ਤੈ ਹੈ, ਭਾਈ ਜੋਧ ਰਾਏ ਦੇ ਤਿੰਨ ਪੋਤਰੇ ਸੀਗੇ। ਹਾਂਜੀ, ਪੁਨ ਕਾਂਗੜ ਤੇ ਦੀਨੇ ਰਹੇ, ਕਾਂਗੜ ਵਿੱਚੋਂ ਉੱਠ ਕੇ ਦੀਨੇ 'ਚ ਰਹਿੰਦੇ ਸੀ, ਯਾਨੀ ਉਹ ਪਿੰਡ ਵੱਡਾ ਹੋ ਗਿਆ। ਉਹ ਕਿਹੜੇ ਸੀ? ਉਹਨਾਂ ਦੇ ਨਾਂ ਇਤਿਹਾਸ ਇਉਂ ਲਿਖੇ ਨੇ, ਇੱਕ ਸ਼ਮੀਰ ਦੁੱਤੀ ਲਖਮੀਰ, ਇੱਕ ਦਾ ਨਾਂ ਚੌਧਰੀ ਸ਼ਮੀਰ ਸੀ, ਇੱਕ ਦਾ ਨਾਂ ਚੌਧਰੀ ਲਖਮੀਰ ਸੀ। ਹਾਂਜੀ, ਤਖਤ ਮਲ ਤੀਸਰ ਮਤ ਧੀਰ, ਭਾਈ ਤਖਤ ਮਲ ਸੀ, ਸਭ ਤੋਂ ਜ਼ਿਆਦਾ ਸ਼ਰਧਾਵਾਨ ਚੌਧਰੀ ਸ਼ਮੀਰ ਹੋਇਆ।
ਗੁਰੂ ਗਲਗੀਆਂ ਵਾਲੇ ਇਹਦੇ ਕੋਲ ਜਾ ਪਹੁੰਚੇ ਨੇ। ਮਹਾਰਾਜ ਸਾਹਿਬ ਜੀ ਨੂੰ ਵੇਖ ਕੇ ਚਾਹ ਚੜ੍ਹ ਗਿਆ ਚੌਧਰੀ ਸ਼ਬੀਰ ਨੂੰ। ਸਤਿਗੁਰੂ ਜੀ ਨੂੰ ਤਖਾਣਾ ਦੇ ਘਰ 'ਚ ਵਾਰਾ ਸੀ ਉੱਪਰ ਕੱਚਾ, ਉਹਦੇ 'ਚ ਆਸਣ ਲਵਾ ਤਾ, ਆਪਣੇ ਘਰੋਂ ਦੋ ਟਾਈਮ ਪ੍ਰਸ਼ਾਦਾ ਪਹੁੰਚਾਉਂਦਾ ਰਿਹਾ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ 3 ਮਹੀਨੇ ਉੱਥੇ ਰਹੇ। ਉੱਥੋਂ ਜ਼ਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਭੇਜਣਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੌਧਰੀ ਸ਼ਮੀਰ ਨੇ ਕਿੰਨੀ ਭਾਵਨਾ ਨਾਲ ਸ਼ਰਧਾ ਕੀ, ਔਰ ਸੂਬੇ ਨੂੰ ਪਤਾ ਲੱਗ ਗਿਆ ਸਰਹੰਦ ਨੂੰ ਵੀ ਗੁਰੂ ਤਾਂ ਸ਼ਮੀਰ ਕੋਲ ਠਹਿਰਿਆ ਹੋਇਆ। ਉਹਨੇ ਸ਼ਮੀਰ ਨੂੰ ਚਿੱਠੀ ਲਿਖੀ, ਹੁਕਮ ਭੇਜਿਆ ਕਿ ਚੌਧਰੀ ਸ਼ਮੀਰ ਤੂੰ ਸਮਝਦਾ ਨਹੀਂ ਕਿ ਮੇਰਾ ਦੁਸ਼ਮਣ ਸਰਕਾਰ ਦਾ ਬਾਗੀ ਲੱਖਾਂ ਦਾ ਕਾਤਲ ਤੇਰੇ ਕੋਲ ਠਹਿਰਿਆ ਹੋਇਆ ਗੁਰੂ ਗੋਬਿੰਦ ਸਿੰਘ। ਮੇਰਾ ਹੁਕਮ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਗ੍ਰਿਫਤਾਰ ਕਰਕੇ ਸੰਗਲ ਲਾ ਕੇ ਮੇਰੇ ਕੋਲ ਭੇਜ ਦੇ, ਮੇਰੀ ਖੁਸ਼ੀ ਹੋਵੇਗੀ, ਬਹੁਤ ਤੈਨੂੰ ਮੈਂ ਵੱਡੀਆਂ ਵੱਡੀਆਂ ਬਖਸ਼ਾਂ ਦੇ ਇਨਾਮ ਦਿਆਂਗਾ ਅਤੇ ਇਹਦੇ ਵਿੱਚ ਤੇਰਾ ਭਲਾ ਹੈ। ਚੌਧਰੀ ਸ਼ਮੀਰ ਨੇ ਜਵਾਬ ਲਿਖ ਕੇ ਕੱਲਿਆ, ਸੂਬੇ ਪਹਿਲਾਂ ਆਪਣੇ ਪੀਰ ਮੇਰੇ ਹਵਾਲੇ ਕਰ, ਜਿਨ੍ਹਾਂ ਪੀਰਾਂ ਨੂੰ ਤੂੰ ਮੰਨਦਾ, ਜੇ ਉਹਨਾਂ ਨੂੰ ਫੜ ਕੇ ਮੇਰੇ ਹਵਾਲੇ ਕਰ ਦੇਵੇਂ ਤਾਂ ਮੈਂ ਵੀ ਆਪਣੇ ਪੀਰ ਬਾਰੇ ਸੋਚਾਂਗਾ, ਜੇ ਤੂੰ ਆਪਣੇ ਪੀਰ ਮੇਰੇ ਹਵਾਲੇ ਨਹੀਂ ਕਰ ਸਕਦਾ, ਮੈਂ ਆਪਣਾ ਪੀਰ ਤੇਰੇ ਹਵਾਲੇ ਕਿਵੇਂ ਕਰ ਸਕਦਾ। ਤੂੰ ਚੜ੍ਹ ਕੇ ਆ, ਮੈਂ ਚੂੜੀਆਂ ਨਹੀਂ ਪਾਈਆਂ ਹੋਈਆਂ, ਜਿੰਨਾ ਚਿਰ ਮੇਰੇ 'ਚ ਪ੍ਰਾਣ ਹੈ ਮੇਰੀ ਫੌਜ ਹੈ, ਉਹਨਾਂ ਚਿਰ ਬਾਜਾਂ ਵਾਲੇ ਦੇ ਵੱਲ ਕੋਈ ਨਹੀਂ ਵੇਖ ਸਕਦਾ, ਬਾਅਦ 'ਚ ਦੇਖੀ ਜਾਏਗੀ। ਸੋ ਚੌਧਰੀ ਸ਼ਮੀਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਕਰੇਗਾ। ਸਾਧ ਸੰਗਤ ਜੀ, ਇੱਥੋਂ ਮਹਾਰਾਜ ਦਿਆਲਪੁਰਾ ਭਾਈਕਾ ਲਾਗੇ ਬਾਅਦ 'ਚ ਵਸਿਆ ਪਿੰਡ, ਉਹਦੀ ਜੂਹ 'ਚ ਬਹਿ ਕੇ, ਉਹ 6ਵੇਂ ਪਾਤਸ਼ਾਹ ਦਾ ਸਥਾਨ ਸੀ, ਉੱਥੋਂ ਜ਼ਫਰਨਾਮਾ ਲਿਖਦੇ ਆ ਅਤੇ ਜਿਹੜਾ ਭਾਈ ਦਇਆ ਸਿੰਘ ਸਾਹਿਬ ਜੀ ਔਰੰਗਾਬਾਦ ਲੈ ਕੇ ਗਏ ਨੇ। ਸੋ ਖਾਲਸਾ ਜੀ, ਇਤਿਹਾਸ ਇਹ ਬੜਾ ਵੱਡਾ ਹੈ। ਇਹ ਗੁਰਪ੍ਰਤਾਪ ਸੂਰਜ ਵਿੱਚੋਂ ਜਦੋਂ ਸਮਾਂ ਆਵੇਗਾ, ਲੜੀ ਆਵੇਗੀ, ਉਦੋਂ ਆਪਾਂ ਫਿਰ ਇਹ ਵੀ ਸੁਣਾਂਗੇ। ਮਹਾਰਾਜ ਸਾਹਿਬ ਉਧਰੋਂ ਜਿਹੜੀ ਰਾਏ ਕੱਲੇ ਨੂੰ ਤਲਵਾਰ ਦਿੱਤੀ ਸੀ, 2 ਮਿੰਟ ਮੈਂ ਉਹਦੀ ਗੱਲ ਕਹਿ ਕੇ ਸਮਾਪਤੀ ਕਰ ਦਿਆਂ। ਰਾਏ ਕੱਲੇ ਨੂੰ ਜੋ ਤਲਵਾਰ ਦਿੱਤੀ, ਰਾਏ ਕੱਲੇ ਨੇ ਆਪਣੇ ਮਹਿਲਾਂ ਵਿੱਚ, ਜਗਰਾਵਾਂ ਰਾਏ ਕੋਟ ਸਾਰਾ ਇਲਾਕਾ ਉਹਦਾ ਸੀਗਾ, ਉਹਨੇ ਆਪਣੇ ਮਹਿਲਾਂ ਦੇ ਵਿੱਚ ਸਪੈਸ਼ਲ ਇੱਕ ਨਵਾਂ ਸਾਫ਼ ਕਮਰਾ ਤਿਆਰ ਕੀਤਾ, ਜਿਵੇਂ ਆਪਾਂ ਇਹ ਸੱਚਖੰਡ ਬਣਾਇਆ ਨਾ, ਬਿਲਕੁਲ ਸੇਮ ਇੱਦਾਂ ਦਾ। ਉੱਤੇ ਚੰਦੋਆ ਲਾਇਆ ਅਤੇ ਬੜਾ ਹੀ ਸੁੰਦਰ ਪਲੰਘ ਵਿਛਾ ਕੇ ਉਹਦੇ 'ਤੇ ਸੱਚੇ ਪਾਤਸ਼ਾਹ ਜੀ ਦੀ ਸ੍ਰੀ ਸਾਹਿਬ ਗਾਤਰੇ ਦੀ ਕਿਰਪਾਨ ਨੂੰ ਰੱਖਿਆ ਅਤੇ ਗਰਮੀ ਦੇ ਦਿਨਾਂ 'ਚ ਸਾਰਾ ਪਰਿਵਾਰ ਵਾਰੀ ਵਾਰੀ ਘੰਟਾ ਘੰਟਾ ਉਹਦੀ ਰਾਣੀ ਉਹਦੇ ਬੱਚੇ ਪੱਖਾ ਚੱਲਿਆ ਕਰਦੇ ਸੀ ਵੀ ਗੁਰੂ ਸਾਹਿਬ ਦੀ ਤੇਗ ਹਾਜ਼ਰ ਨਾਜ਼ਰ ਹੀ ਸਮਝਣੀ, ਭਾਵਨਾ ਹੀ ਗੁਰੂ ਦਾ ਹੀ ਰੂਪ ਸਮਝਣਾ, ਕਿਉਂਕਿ ਇਹ ਹਮਾਰੇ ਪੀਰ ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰਿਆ ਰਤੀਰ ਸਹਿਬ ਸਰੋਈ ਸਹਿਤੀ ਇਹ ਹਮਾਰੇ ਪੀਰ। ਉਹ ਜੇ ਸਿਆਲ ਆਉਂਦਾ ਸੀ ਉੱਤੇ ਰਜਾਈ ਦਿੰਦਾ ਸੀ ਸ਼੍ਰੀ ਸਾਹਿਬ ਦੇ, ਅਤੇ ਅੰਗੀਠੀ ਬਾਲ ਕੇ ਉੱਥੇ ਕਮਰੇ 'ਚ ਨਿੱਘਾ ਰੱਖਦਾ ਸੀ, ਇੰਨੀ ਭਾਵਨਾ ਰੱਖਦਾ ਸੀ। ਜਿੰਨਾ ਚਿਰ ਜਿਉਂਦਾ ਰਿਹਾ ਸ਼੍ਰੀ ਸਾਹਿਬ ਦੀ ਸੇਵਾ ਕੀਤੀ, ਉਹਦਾ ਪੁੱਤਰ ਰਾਜਾ ਬਣਿਆ, ਉਹਨੇ ਵੀ ਉਸੇ ਤਰ੍ਹਾਂ ਹੀ ਆਪਣੇ ਪਿਤਾ ਦੀ ਤਰ੍ਹਾਂ ਸੇਵਾ ਕੀਤੀ, ਉਹਦਾ ਪੋਤਰਾ ਰਾਜਾ ਬਣਿਆ ਉਹ ਵੀ ਸੇਵਾ ਕਰਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆ ਗਿਆ, ਉਹਦੇ ਪੋਤਰੇ ਨੂੰ ਕਾਜ਼ੀਆਂ ਮੁਲਾਣਿਆਂ ਨੇ ਚੁੱਕਿਆ, ਤੁਸੀਂ ਮੁਸਲਮਾਨ ਹੋ ਕੇ ਕਾਫਰਾਂ ਦੀ ਕਿਰਪਾਨ ਦੀ ਪੂਜਾ ਕਰੀ ਜਾਂਦੇ ਹੋ, ਐਡੀ ਵਧੀਆ ਕਿਰਪਾਨ ਹੈ, ਇੰਨੀ ਸੋਹਣੀ, ਇਹਦੇ ਨਾਲ ਦੀ ਤੁਹਾਡੇ ਕੋਲ ਨਹੀਂ, ਇਹਨੂੰ ਆਪਣੇ ਗਾਤਰੇ ਪਾਇਆ ਕਰੋ। ਉਹ ਮੁੰਡਾ ਮੁਲਾਣਿਆਂ ਦੇ ਕਹਿਣੇ ਵਿੱਚ ਸ਼ਰ੍ਹਾਂ ਦੇ ਅੰਨਾ ਹੋ ਗਿਆ, ਸਮਾਂ ਆਉਣਾ ਸੀ ਨਾ ਬਚਨ ਜਿਹੜਾ ਹੋਣਾ ਪੂਰਾ ਹੋਣਾ, ਉਹਨੇ ਉਹ ਤਲਵਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਚੁੱਕੀ, ਗਾਤਰੇ ਪਾਉਣ ਲੱਗਾ। ਉਹਦੀ ਮਾਂ ਨੇ ਪਰੋਕਿਆ, ਪੁੱਤਰ ਇਹ ਮੇਰੇ ਸਹੁਰੇ ਨੂੰ ਤੇਰੇ ਦਾਦੇ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਦਿੱਤੀ ਸੀ ਜਦੋਂ ਤੇਰੇ ਦਾਦੇ ਨੇ ਤਰਲੇ ਕੀਤੇ ਸੀ ਵੀ ਸਾਡਾ ਰਾਜ ਬਚਿਆ ਰਹੇ, ਨਹੀਂ ਤਾਂ ਸਿੰਘਾਂ ਨੇ ਖਤਮ ਕਰ ਦੇਣਾ ਸੀ ਸਾਰਾ ਕੁਛ। ਇਹ ਤਲਵਾਰ ਕਰਕੇ ਆਪਾਂ ਰਾਜ ਕਰ ਰਹੇ ਹਾਂ,
ਇਹਨੂੰ ਪੂਜਣਾ ਹੀ ਸਾਡਾ ਧਰਮ ਹੈ, ਇਹ ਗਾਤਰੇ ਨਹੀਂ ਪਾਈ ਜਾ ਸਕਦੀ, ਪਾਤਸ਼ਾਹ ਦੇ ਕਮਰ ਕਸੀਦੀ ਹੈ। ਪਰ ਉਹ ਮੁੰਡਾ ਮੱਤ ਮਾਰੀ ਗਈ, ਗਾਤਰੇ 'ਚ ਪਾ ਕੇ ਘੋੜੇ 'ਤੇ ਸ਼ਿਕਾਰ ਨੂੰ ਚਲਾ ਗਿਆ। ਜਦੋਂ ਸ਼ਿਕਾਰ ਨੂੰ ਗਿਆ, ਦਰਿਆ ਬਿਆ ਸਤਲੁਜ ਦੇ ਕਿਨਾਰੇ 'ਤੇ ਹਿਰਣ ਨਿਕਲਿਆ, ਪਿੱਛੇ ਪਿੱਛੇ ਘੋੜਾ ਦੌੜਾ ਤਾ। ਉਹ ਜਦੋਂ ਹਿਰਣ ਦੇ ਬਰਾਬਰ ਆ ਕੇ ਤਲਵਾਰ ਮਾਰੀ, ਹਿਰਣ 'ਤੇ ਪਰਾ ਹੋ ਗਿਆ, ਉਹ ਆਪਣੇ ਸੱਜੇ ਪੱਟ 'ਤੇ ਵੱਜੀ ਅਤੇ ਗੋਡੇ ਦੇ ਉੱਪਰਲੇ ਪਾਸਿਓਂ ਲੱਤ ਲੈ ਗਈ, ਉੱਤੇ ਡਿੱਗਾ ਅਤੇ ਉਹ ਵੱਖੀ 'ਚ ਵੱਜ ਗਈ। ਚੁੱਕ ਕੇ ਘਰ ਲਿਆ, ਇੱਕ ਦੋ ਦਿਨਾਂ 'ਚ ਉਹਦੀ ਮੌਤ ਹੋ ਗਈ। ਅਗਲਾ ਰਾਜ ਅੰਗਰੇਜ਼ਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਦਰਿਆ ਤੋਂ ਪਰਾਂ ਸੀਗਾ, ਸਤਲੁਜ ਤੋਂ। ਇਹ ਉਰਲਾ ਪਾਸਾ ਅੰਗਰੇਜ਼ਾਂ ਦੇ, ਕੱਲ ਜਿਹੜੀਆਂ ਰਿਆਸਤਾਂ ਖਤਮ ਹੁੰਦੀਆਂ ਗੀਆਂ, ਅੰਗਰੇਜ਼ ਸਾਂਭਦੇ ਗਏ, ਰਾਜ ਖਤਮ ਹੋ ਗਿਆ। ਪਰ ਉਹ ਤਲਵਾਰ ਉਹਨਾਂ ਦੇ ਪਰਿਵਾਰ ਵਿੱਚੋਂ ਮਹਾਰਾਜਾ ਨਾਭਾ ਦੇ ਖਜ਼ਾਨੇ 'ਚ ਆਈ ਸੀ, ਗੁਰਦੁਆਰਾ ਸਰੋਪਾ ਸਾਹਿਬ ਨਾਭਾ ਰਹੀ। ਹੁਣ ਸੁਣਿਆ ਕਿ ਉਹ ਸ਼੍ਰੋਮਣੀ ਕਮੇਟੀ ਕੋਲ ਚਲੀ ਗਈ, ਸੋ ਉਹਦਾ ਕਾਫੀ ਲੰਮਾ ਇਤਿਹਾਸ ਹੈ। ਔਰ ਤਲਵਾਰ ਜਿਹੜੀ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੀ, ਇਹ ਸਾਰਾ ਇਤਿਹਾਸ ਆਪਾਂ ਸਮੇਂ ਨਾਲ ਅੱਗੇ ਵਿਚਾਰਾਂਗੇ। ਇਹ ਸ਼ੇਖ ਫਰੀਦ ਜੀ ਮਹਾਰਾਜ ਹੋਏ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਉਹਨਾਂ ਦੀ 7ਵੀਂ ਪੀੜ੍ਹੀ 'ਚ ਸ਼ੇਖ ਬ੍ਰਹਮ ਜੀ ਹੋਏ ਨੇ। ਸ਼ੇਖ ਬ੍ਰਹਮ ਨੇ ਜੋ ਜੋ ਸਵਾਲ ਕੀਤੇ, ਗੁਰੂ ਮਹਾਰਾਜ ਨੇ ਉਹਨਾਂ ਦਾ ਜਵਾਬ ਆਸਾ ਦੀ ਵਾਰ ਦੇ ਪਹਿਲੇ ਜਿਹੜੇ 9 ਸਲੋਕ ਹਨ, ਇਹ ਉੱਥੇ ਪਾਕ ਪਟਨ ਸ਼ੇਖ ਬ੍ਰਹਮ ਜੀ ਦਾ ਸਥਾਨ ਹੈ। ਫਰੀਦ ਜੀ ਮਹਾਰਾਜ ਨੇ ਬੜੀ ਭਗਤੀ ਕੀਤੀ, ਵੱਖਰੀਆਂ ਵੱਖਰੀਆਂ ਥਾਵਾਂ 'ਤੇ ਰਹੇ। ਉਹਨਾਂ ਦੀ ਯਾਦਗਾਰ ਵਿੱਚ ਕਈ ਥਾਵਾਂ ਨੇ, ਜਿਵੇਂ ਅਜਮੇਰ ਵੀ ਰਹੇ ਹਨ, ਫਰੀਦਕੋਟ ਵੀ ਉਹਨਾਂ ਦਾ ਸਥਾਨ ਬਣਿਆ ਹੋਇਆ ਪੰਜਾਬ ਦੇ ਵਿੱਚ, ਪਾਕਪੱਟਣ ਵੀ ਉਹਨਾਂ ਦਾ ਸਥਾਨ ਹੈ। ਪਾਕਪੱਟਣ ਬਹੁਤਾ ਲੰਮਾ ਸਮਾਂ ਗੁਜ਼ਾਰਿਆ, ਫਰੀਦ ਜੀ ਦੀ ਉੱਥੇ ਗੱਦੀ ਚੱਲਦੀ ਹੈ। ਉਹਦੇ ਵਿੱਚ 7ਵੀਂ ਪੀੜ੍ਹੀ 'ਤੇ ਜਿਹੜੇ ਸਨ ਮਹਾਂਪੁਰਸ਼, ਉਹਨਾਂ ਦਾ ਨਾਮ ਸ਼ੇਖ ਬ੍ਰਹਮ ਸੀ, ਗੁਰੂ ਨਾਨਕ ਦੇਵ ਜੀ ਉਹਨਾਂ ਕੋਲ ਗਏ ਸਨ, ਕਿਉਂਕਿ ਜਿਹੜੇ ਅਸਲ ਫਰੀਦ ਜੀ ਪਹਿਲੇ ਫਰੀਦ ਜੀ ਹੋਏ ਹਨ, ਉਹਨਾਂ ਦਾ ਜਨਮ 1173 ਈਸਵੀ 'ਚ ਹੋਇਆ, ਗੁਰੂ ਨਾਨਕ ਦੇਵ ਜੀ ਤੋਂ 300 ਸਾਲ ਪਹਿਲਾਂ। ਅਤੇ ਉਹਨਾਂ ਦੀ 7ਵੀਂ ਪੀੜ੍ਹੀ ਚੱਲ ਰਹੀ ਸੀ ਜਦੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਉੱਥੇ ਗਏ ਹਨ। ਅਤੇ ਗੁਰੂ ਨਾਨਕ ਦੇਵ ਜੀ ਨੂੰ ਸ਼ੇਖ ਬ੍ਰਹਮ ਨੇ ਜਿਹੜੇ ਜਿਹੜੇ ਸਵਾਲ ਪੁੱਛੇ, ਉਹਨਾਂ ਦਾ ਜਵਾਬ ਆਸਾ ਦੀ ਵਾਰ ਵਿੱਚ ਸਤਿਗੁਰੂ ਮਹਾਰਾਜ ਨੇ ਦਿੱਤਾ। ਅੱਜ ਸ਼ੇਖ ਬ੍ਰਹਮ ਜੀ ਪੁੱਛਦੇ ਨੇ, ਹੇ ਗੁਰੂ ਜੀ, ਉਸ ਅੱਲਾ ਤਾਲਾ ਦੀ, ਉਸ ਖੁਦਾ ਦੀ, ਉਸ ਪਰਮਾਤਮਾ ਦੀ ਵਡਿਆਈ ਕਿਹੜੀਆਂ ਕਿਹੜੀਆਂ ਗੱਲਾਂ ਵਿੱਚ ਹੈ? ਆਖੋ ਸ੍ਰੀ ਵਾਹਿਗੁਰੂ। ਉਸ ਪਰਮਾਤਮਾ ਦੀ, ਉਸ ਅੱਲਾ ਤਾਲਾ ਦੀ, ਉਸ ਖੁਦਾ ਦੀ, ਵਾਹਿਗੁਰੂ ਦੀ ਕਿਹੜੀ ਕਿਹੜੀ ਖੂਬੀ ਹੈ, ਕਿਹੜੀ ਕਿਹੜੀ ਵਡਿਆਈ ਹੈ, ਕਿਹੜੀ ਕਿਹੜੀ ਉਹਦੀ ਮਹਿਮਾ ਹੈ, ਦੱਸੋ ਜਰਾ ਕਿਰਪਾ ਕਰਕੇ। ਤਾਂ ਸ਼ੇਖ ਬ੍ਰਹਮ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੱਸ ਰਹੇ ਨੇ, ਆਓ ਆਪਾਂ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ
ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਇਹ ਸਲੋਕ ਹੈ। ਵੱਡੀ ਵਡਿਆਈ ਜਾਂ ਵੱਡਾ ਨਾਂ, ਸੇਖ ਬ੍ਰਹਮ ਨੇ ਪੁੱਛਿਆ, ਮਹਾਰਾਜ ਪਰਮਾਤਮਾ ਦੀ ਵਡਿਆਈ ਦਾ ਕੋਈ ਪਹਿਲਾ ਗੁਣ ਦੱਸੋ। ਮਹਾਰਾਜ ਕਹਿੰਦੇ ਪਹਿਲਾ ਗੁਣ ਇਹ ਹੈ ਉਹਦਾ, ਉਹਦੀ ਵੱਡੀ ਵਡਿਆਈ ਹੈ, ਉਹਦੀ ਵਡਿਆਈ ਸਾਰਿਆਂ ਤੋਂ ਵੱਡੀ ਹੈ। ਕਿਸ ਕਰਕੇ ਉਹਦਾ ਨਾਮ ਵੱਡਾ ਹੈ? ਵਾਹਿਗੁਰੂ 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 ਵਾਹਿਗੁਰੂ। ਜਿਹੜਾ ਵੀ ਉਸ ਪਰਮੇਸ਼ਰ ਦਾ ਨਾਮ ਲੈਂਦਾ ਹੈ ਉਹ ਬੰਦਾ ਵੀ ਵੱਡਾ ਹੋ ਜਾਂਦਾ। ਪਰਮੇਸ਼ਰ ਦਾ ਨਾਮ ਵੱਡਾ, ਜੇ ਕੋਈ ਨਾਮ ਲੈ ਲਵੇ ਉਹ ਨਾਮ ਲੈਣ ਵਾਲਾ ਵੀ ਵੱਡਾ ਹੋ ਜਾਂਦਾ। ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਨੀਵੇਂ ਹਨ, ਮਹਾਰਾਜ ਦਾ ਨਾਂ ਲੈ ਕੇ ਵੱਡੇ ਹੋ ਗਏ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰਦਾਸੀ ਸੁਤਹਿ ਕਿਸ਼ਨ ਉਤਰਿਆ ਘਰ ਜਿਸ ਜਾਏ। ਮਹਾਰਾਜ ਕਹਿੰਦੇ ਨੀਵੀਂ ਜਾਤਾਂ ਦੇ ਲੋਕ ਜਿਨ੍ਹਾਂ ਨੂੰ ਸਮਝਦੇ ਸੀ ਵੀ ਇਹ ਬਹੁਤ ਪਛੜੇ ਹੋਏ ਨੇ, ਇਹ ਘਟੀਆ ਹਨ, ਇਹ ਥੱਲੇ ਦੇ ਲੋਕ ਹਨ, ਵੱਡੀਆਂ ਜਾਤਾਂ ਵਾਲੇ ਜਿਨ੍ਹਾਂ ਨੂੰ ਆਪਣੇ ਬਰਾਬਰ ਬਹਿਣ ਨਹੀਂ ਸੀ ਦਿੰਦੇ, ਪਰਮੇਸ਼ਰ ਦਾ ਨਾਮ ਜਪ ਕੇ ਉਹ ਵੀ ਵੱਡੇ ਹੋ ਗਏ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰਦਾਸੀ ਸੁਤਹਿ ਕਿਸ਼ਨ ਉਤਰਿਆ ਘਰ ਜਿਸ ਜਾਏ। ਬਿਦਰਦਾਸੀ ਦਾ ਪੁੱਤਰ ਸੀ ਪਰ ਪਰਮੇਸ਼ਰ ਦਾ ਨਾਮ ਜਪਦਾ ਸੀ। ਭਗਵਾਨ ਕ੍ਰਿਸ਼ਨ ਜੀ ਰਾਜਿਆਂ ਮਹਾਰਾਜਿਆਂ ਦਾ ਘਰ ਛੱਡ ਕੇ ਉਹਦੇ ਘਰ ਜਾ ਕੇ ਰਹੇ ਸਨ। ਅਤੇ ਜਦੋਂ ਦੁਰਯੋਧਨ ਨੇ ਪੁੱਛਿਆ ਮੇਰੇ ਘਰ ਕਿਉਂ ਨਹੀਂ ਰਹੇ, ਸਾਡੇ ਸੇਵਕ ਦੇ ਘਰ ਰਹੇ ਹੋ, ਸਾਡੀ ਬੇਇੱਜ਼ਤੀ ਕੀਤੀ ਹੈ, ਤਾਂ ਭਗਵਾਨ ਨੇ ਬਚਨ ਕਹੇ ਸਨ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਪਾਵੈ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਚੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਅਨੰਦ ਵਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਮਹਾਰਾਜ ਪਰਮੇਸ਼ਰ ਕਿਸੇ ਦੀ ਜਾਤ ਨਹੀਂ ਦੇਖਦਾ, ਉਹਦਾ ਪ੍ਰੇਮ ਦੇਖਦਾ ਹੈ। ਨੀਵੀਂ ਜਾਤਾਂ ਵਾਲੇ ਵੀ ਵਾਹਿਗੁਰੂ ਦੇ ਦਰਬਾਰ 'ਚ ਉੱਚੇ ਬਣਦੇ ਨੇ, ਉੱਚੀਆਂ ਜਾਤਾਂ ਵਾਲੇ ਹੰਕਾਰ ਵਿੱਚ ਪਿੱਛੇ ਰਹਿ ਜਾਂਦੇ ਨੇ। ਇਸ ਵਾਹਿਗੁਰੂ ਦੇ ਨਾਮ ਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾ ਵੱਡਾ ਨਾਂ, ਉਸ ਵਾਹਿਗੁਰੂ ਦਾ ਨਾਮ ਵੱਡਾ ਹੈ, ਬੇਅੰਤ ਵੱਡਾ ਹੈ। ਦੇਵਾ ਪਾਹਨ ਤਾਰੀਅਲੇ, ਰਾਮ ਕਹਿਤ ਜਨ ਕਸ ਨਾ ਤਰੇ। ਪਰਮੇਸ਼ਰ ਦੇ ਨਾਮ ਨਾਲ ਤਾਂ ਪੱਥਰ ਵੀ ਤਰ ਗਏ ਹਨ, ਨਾਮ ਜਪ ਕੇ ਤਾਂ ਪੱਥਰ ਵੀ ਤਰ ਗਏ ਹਨ, ਬੰਦਾ ਕਿਉਂ ਨਹੀਂ ਤਰੇਗਾ? ਵੱਡੀ ਵਡਿਆਈ ਜਾਂ ਵੱਡਾ ਨਾਂ, ਉਸ ਵਾਹਿਗੁਰੂ ਦੀ ਵਡਿਆਈ ਵੱਡੀ ਹੈ, ਇਸ ਕਰਕੇ ਵੱਡੀ ਹੈ ਵੀ ਉਹਦਾ ਨਾਮ ਵੱਡਾ ਹੈ। ਵੱਡੀ ਵਡਿਆਈ ਜਾਂ ਸੱਚ ਨਿਆਉ, ਫਿਰ ਮਹਾਰਾਜ ਕਹਿੰਦੇ ਉਹਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ ਵੀ ਉਹਦਾ ਇਨਸਾਫ ਸੱਚਾ ਹੈ।
ਉਹ ਸੱਚ ਦਾ ਨਿਆਂ ਕਰਦਾ, ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ, ਕਿਸੇ ਨਾਲ ਧੱਕਾ ਨਹੀਂ ਕਰਦਾ। ਜਿਹੜਾ ਵੀ ਉਹ ਅਕਾਲ ਪੁਰਖ ਪਰਮੇਸ਼ਰ ਕਿਸੇ ਦਾ ਕਰਮ ਦੇਖਦਾ, ਉਸ ਕਰਮ ਦੇ ਹਿਸਾਬ ਨਾਲ ਉਹਨੂੰ ਫਲ ਦੇ ਦਿੰਦਾ। ਇਹ ਨਹੀਂ ਕਰਦਾ ਵੀ ਜਿਵੇਂ ਦੁਨਿਆਵੀ ਲੋਕ, ਜਿਹੜੀਆਂ ਦੁਨਿਆਵੀ ਕਚਹਿਰੀਆਂ ਨੇ, ਜਿਹੜੇ ਦੁਨਿਆਵੀ ਜੱਜ ਨੇ, ਇਹਦਾ ਕਿਸੇ ਦਾ ਪੱਖ ਪੂਰ ਦਿੰਦੇ ਹੋਣਗੇ। ਵਾਹਿਗੁਰੂ ਨਹੀਂ ਕਿਸੇ ਦਾ ਪੱਖ ਪੂਰਦਾ, ਸੱਚਾ ਨਿਆਂ ਕਰਦਾ ਹੈ। ਤੇਰੇ ਘਰ ਸਦਾ ਸਦਾ ਹੈ ਨਿਆਂ, ਵਾਹਿਗੁਰੂ ਤੇਰੇ ਘਰ ਸਦਾ ਹੀ ਨਿਆਂ ਹੈ, ਇਨਸਾਫ ਹੈ। ਕਦੀ ਕਿਸੇ ਨਾਲ ਧੱਕਾ ਬੇਇਨਸਾਫੀ ਨਹੀਂ ਹੋਣ ਦਿੰਦਾ। ਉੱਥੇ ਸੱਚੇ ਹੀ ਸੱਚ ਨਿਬੜੇ, ਉਹਦੇ ਦਰਬਾਰ ਵਿੱਚ ਸੱਚ ਹੀ ਨਿਬੜਦਾ ਹੈ, ਸੱਚਾ ਨਿਆਂ ਹੁੰਦਾ ਹੈ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਵੱਡੀ ਵਡਿਆਈ ਜਾਂ ਸੱਚ ਨਿਆਂ, ਉਹਦਾ ਨਿਆਂ ਸੱਚਾ ਹੈ। ਵੱਡੀ ਵਡਿਆਈ ਜਾਂ ਨਿਚਲ ਥਾਉ, ਵਾਹਿਗੁਰੂ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ ਵੀ ਉਹਦਾ ਥਾਂ ਪੱਕਾ, ਟਿਕਾਣਾ ਪੱਕਾ ਹੈ। ਸਾਡੇ ਟਿਕਾਣੇ ਪੱਕੇ ਕੋਈ ਨਹੀਂ। ਅਸੀਂ ਕਿਤੇ ਜੰਮਦੇ ਹਾਂ, ਕਿਤੇ ਪਲਦੇ ਹਾਂ, ਕਿਤੇ ਜਾ ਬਹਿੰਦੇ ਹਾਂ। ਸਾਨੂੰ ਪਿਛਲੇ ਜਨਮ 'ਚ ਪਤਾ ਨਹੀਂ ਅਸੀਂ ਕਿੱਥੇ ਸੀਗੇ, ਕਿਹੜੇ ਸਾਡੇ ਮਾਂ ਪਿਓ ਸੀ, ਕਿਹੜੇ ਸਾਡੇ ਭੈਣ ਭਾਈ ਸੀ, ਕਿਹੜੇ ਸਾਡੇ ਰਿਸ਼ਤੇਦਾਰ ਸੀ, ਕਿੱਥੇ ਅਸੀਂ ਰਹਿੰਦੇ ਸੀ, ਕੋਈ ਪਤਾ ਕਿਸੇ ਨੂੰ? ਅਗਲੇ ਜਨਮ 'ਚ ਪਤਾ ਨਹੀਂ ਕਿੱਥੇ ਜਾਣਾ, ਪਤਾ ਨਹੀਂ ਕਿਹੜੀ ਜੂਨੀ 'ਚ ਪੈਣਾ। ਸੱਪ ਬਣਨਾ ਕਿ ਸ਼ੇਰ ਬਣਨਾ, ਕਿ ਬਘਿਆੜ ਬਣਨਾ, ਕੁੱਤਾ ਬਣਨਾ, ਬਿੱਲਾ ਬਣਨਾ, ਕੀ ਬਣਨਾ, ਕੋਈ ਪਤਾ? ਪਿਛਲੇ ਜਨਮ 'ਚ ਕਿੱਥੇ ਸੀਗੇ, ਅਗਲੇ ਜਨਮ 'ਚ ਕਿੱਥੇ ਹਾਂ, ਸਾਨੂੰ ਕੋਈ ਟਿਕਾਣਾ ਨਹੀਂ ਸਾਡਾ। ਚਲੋ ਦੂਜੀਆਂ ਜੂਨਾਂ ਦੀ ਗੱਲ ਤਾਂ ਬੜੀ ਲੰਮੀ ਚੌੜੀ ਹੈ, ਇਸ ਜਨਮ ਦੀ ਗੱਲ ਕਰ ਲਓ। ਬੰਦੇ ਦਾ ਜਨਮ ਕਿਤੇ ਹੁੰਦਾ ਹੈ, ਪੜ੍ਹਾਈ ਲਿਖਾਈ ਕਿਤੇ ਹੁੰਦੀ ਹੈ, ਵਿਆਹ ਸ਼ਾਦੀ ਕਿਤੇ ਹੁੰਦੀ ਹੈ, ਨੌਕਰੀ ਕਿਤੇ ਮਿਲਦੀ ਹੈ, ਬਦਲੀ ਕਿਤੇ ਹੋ ਜਾਂਦੀ ਹੈ, ਅਤੇ ਜ਼ਿੰਦਗੀ ਇੱਦਾਂ ਥਾਵਾਂ ਬਦਲਦੀਆਂ ਹੀ ਰਹਿੰਦੀ ਸਾਡੀ। ਫਿਰ ਸਾਡੇ ਸਰੀਰ ਦੀ ਹਾਲਤ ਦੇਖ ਲਓ। ਜਦੋਂ ਅਸੀਂ ਜਨਮ ਲੈਂਦੇ ਹਾਂ ਉਦੋਂ ਅਸੀਂ ਛੋਟੇ ਜਿਹੇ ਬੱਚੇ ਫੁੱਲ ਵਰਗੇ ਹੁੰਦੇ ਹਾਂ। ਜਵਾਨੀ ਤੱਕ ਸਾਡੇ ਸਰੀਰ ਦੀ ਕਿੱਦਾਂ ਦੀ ਹਾਲਤ ਹੋ ਜਾਂਦੀ, ਕਿੱਦਾਂ ਦਾ ਬਦਲ ਜਾਂਦਾ ਹੈ। ਜਵਾਨੀ ਤੋਂ ਬੁਢੇਪੇ ਤੱਕ ਫਿਰ ਕਿੱਦਾਂ ਦਾ ਹੋ ਜਾਂਦਾ ਹੈ। ਇਹ ਸਾਰਾ ਕੁਝ ਜੋ ਵੀ ਅਸੀਂ ਦੇਖ ਰਹੇ ਹਾਂ ਸਾਰਾ ਬਦਲਣ ਵਾਲਾ ਹੈ। ਕੋਈ ਥਾਂ, ਕੋਈ ਟਿਕਾਣਾ, ਕੋਈ ਚੀਜ਼ ਪੱਕੀ ਨਹੀਂ ਹੈ। ਗੁਰੂ ਮਹਾਰਾਜ ਤਾਂ ਇਹ ਵੀ ਦੱਸਦੇ ਆ ਵੀ ਜਿਹੜੀ ਧਰਤੀ 'ਤੇ ਆਪਾਂ ਬੈਠੇ ਹਾਂ, ਇਹ ਧਰਤੀ ਵੀ ਇੱਦਾਂ ਨਹੀਂ ਰਹਿਣੀ, ਇੱਕ ਦਿਨ ਧਰਤੀ ਵੀ ਖਤਮ ਹੋ ਜਾਣੀ ਹੈ। ਇਹ ਸੂਰਜ, ਇਹ ਧਰਤੀ, ਇਹ ਤਾਰੇ, ਇਹ ਸਾਰੇ ਖਤਮ ਹੋਣ ਵਾਲੇ ਨੇ, ਬਿਨਸਣ ਵਾਲੇ ਨੇ, ਮੁੱਕਣ ਵਾਲੇ ਨੇ। ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ। ਧਰਤੀ ਆਕਾਸ਼ ਪਤਾਲ ਚੰਦਰਮਾ, ਹੁਣ ਤਾਂ ਸਾਇੰਸ ਵਾਲਿਆਂ ਨੇ ਵੀ ਇਹ ਗੱਲ ਮੰਨੀ ਹੈ ਵੀ ਇਹ ਸਾਰੀਆਂ ਚੀਜ਼ਾਂ ਮਿਟ ਜਾਣੀਆਂ ਨੇ, ਖਤਮ ਹੋ ਜਾਣੀਆਂ। ਬੰਦੇ ਦੀ ਕੀ ਔਕਾਤ ਹੈ, ਬੰਦੇ ਦੀ ਕੀ ਵੈਲਿਊ ਹੈ? ਕੁਛ ਵੀ ਨਹੀਂ। ਸਾਡਾ ਟਿਕਾਣਾ ਪੱਕਾ ਕੋਈ ਨਹੀਂ।
ਵਾਹਿਗੁਰੂ ਦਾ ਟਿਕਾਣਾ ਪੱਕਾ ਹੈ, ਸਦਾ ਹੀ ਹੈ। ਜਾਂ ਨਿਚਲ ਥਾਂ, ਉਹਦੀ ਥਾਂ ਨਿਚਲ ਹੈ, ਚਲਾਈਮਾਨ ਨਹੀਂ ਹੁੰਦੀ। ਕਿਹੜੀ ਥਾਂ ਹੈ ਉਹਦੀ? ਮਹਾਰਾਜ ਕਹਿੰਦੇ, ਕਬਹੂ ਸਾਧ ਸੰਗਤ ਇਉ ਪਾਵੈ, ਉਸ ਅਸਥਾਨ 'ਤੇ ਬੋਰ ਨਾ ਆਵੇ। ਉਹਦੀ ਥਾਂ ਹੈ ਸਾਧੂ ਦੀ ਸੰਗਤ। ਜਿਸ ਸਾਧੂ ਨੇ ਪਰਮੇਸ਼ੁਰ ਦਾ ਨਾਮ ਜਪਿਆ, ਪਰਮੇਸ਼ੁਰ ਦੀ ਭਗਤੀ ਕੀਤੀ ਹੈ, ਉਸ ਸਾਧੂ ਦੀ ਸੰਗਤ ਮਿਲ ਜਾਵੇ, ਉਹ ਕਿਤੇ ਆਉਂਦੀ ਜਾਂਦੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਅਸਲੀ ਟਿਕਾਣਾ ਉਹੀ ਹੈ। ਪਰਮੇਸ਼ੁਰ ਦਾ ਟਿਕਾਣਾ ਕੀ ਹੈ? ਸੱਚਖੰਡ। ਅਤੇ ਸੱਚਖੰਡ ਕੀ ਹੈ? ਸਾਧੂ ਸੰਗਤ। ਭਾਈ ਗੁਰਦਾਸ ਨੂੰ ਕਿਸੇ ਨੇ ਪੁੱਛਿਆ, ਭਾਈ ਸਾਹਿਬ ਜੀ ਸੱਚਖੰਡ ਕਿੱਥੇ ਹੈ? ਭਾਈ ਗੁਰਦਾਸ ਜੀ ਕਹਿੰਦੇ, ਸਾਧ ਸੰਗਤ ਸੱਚਖੰਡ, ਜਗਮਗ ਨੂਰ ਹੈ, ਲੱਖ ਸ਼ਿਸ਼ੀਅਰ ਲੱਖ ਭਾਣ, ਕਿਰਨ ਠਰੂਰ ਹੈ। ਸਾਧ ਸੰਗਤ ਹੀ ਸੱਚਖੰਡ ਹੈ। ਵੈਕੁੰਠ ਨਗਰ ਜਹਾਂ ਸੰਤ ਵਾਸਾ, ਉਹ ਹੀ ਵੈਕੁੰਠ ਹੈ ਜਿੱਥੇ ਸੰਤ ਰਹਿੰਦੇ ਨੇ, ਨਾਮ ਜਪਦੇ ਨੇ। ਉਹ ਅਵਸਥਾ ਜਿਹੜੀ ਹੈ ਨਾ, ਉਹ ਸੱਚਖੰਡ ਦੀ ਹੈ। ਉੱਥੇ ਉਹ ਉਸ ਅਸਥਾਨ 'ਤੇ ਬੋਰ ਨਾ ਆਵੇ। ਜਿਹੜਾ ਉੱਥੇ ਪਹੁੰਚ ਜਾਵੇ, ਸਤਸੰਗ ਦੇ 'ਚ ਪਹੁੰਚ ਜਾਵੇ, ਜਿਹੜਾ ਸੱਚਖੰਡ 'ਚ ਪਹੁੰਚ ਜਾਵੇ, ਮਹਾਰਾਜ ਕਹਿੰਦੇ, ਕਬਹੂ ਸਾਧ ਸੰਗਤ ਇਉ ਪਾਵੈ, ਉਸ ਅਸਥਾਨ 'ਤੇ ਬੋਰ ਨਾ ਆਵੇ। ਇਹ ਅਸ਼ਟਪਦੀ ਸਾਰੀ ਪੜ੍ਹਨੀ ਪੜ੍ਹਨ ਵਾਲੀ ਧਿਆਨ ਨਾਲ। ਕਦੀ ਇਕੱਲੀ 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 ਅਸ਼ਟਪਦੀ ਪੜ੍ਹੋ ਨਾ, ਅਸੀਂ ਸਗੂਣੀ ਸਾਹਿਬ ਪੜ੍ਹਦੇ ਹਾਂ, ਸਾਰਾ ਫਟਾਫਟ ਪੜ੍ਹ ਲੈਂਦੇ। ਇਕੱਲੀ ਇਕੱਲੀ ਅਸ਼ਟਪਦੀ ਪੜ੍ਹੋ, ਰੋਜ਼ ਸਾਰਾ ਪਾਠ ਕਰ ਲਓ, ਪਰ ਫਿਰ ਇੱਕ ਅਸ਼ਟਪਦੀ ਫਿਰ ਪੜ੍ਹੋ, ਉਹਦੇ 'ਤੇ ਵਿਚਾਰ ਕਰੋ ਵੀ ਅਸ਼ਟਪਦੀ 'ਚ ਕੀ ਗੱਲ ਆ ਰਹੀ। ਪਹਿਲੀ ਅਸ਼ਟਪਦੀ 'ਚ ਸਿਮਰਨ ਬਾਰੇ ਆਉਂਦਾ, ਦੂਜੀ ਅਸ਼ਟਪਦੀ 'ਚ ਨਾਮ ਦੀ ਮਹਿਮਾ ਦੱਸੀ ਵੀ ਨਾਮ ਕਿੱਥੇ ਕਿੱਥੇ ਸਹਾਇਤਾ ਕਰਦਾ। ਇੱਦਾਂ ਹੀ ਸਾਰੀਆਂ ਅਸ਼ਟਪਦੀਆਂ 'ਚ ਅੱਗੇ ਫਿਰ ਪੜ੍ਹੀ ਜਾਓ। ਇਹ ਜਿਹੜੀ ਅਸ਼ਟਪਦੀ 'ਚ ਆਉਂਦਾ ਨਾ ਵੀ ਕਬਹੂ ਕਬਹੂ ਹਰਖ ਸੋਗ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਇਹ ਸਾਰੀ ਅਸ਼ਟਪਦੀ ਪੜ੍ਹੋ। ਇਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਵੀ ਬੰਦੇ ਦੀ ਹਾਲਤਾਂ ਕਿੱਦਾਂ ਕਿੱਦਾਂ ਬਦਲਦੀਆਂ। ਕਦੀ ਕੁਛ ਬਣਦਾ, ਕਦੀ ਕੁਛ ਬਣਦਾ, ਕਦੀ ਕੁਛ ਬਣਦਾ, ਟਿਕਦਾ ਨਹੀਂ ਕਿਤੇ। ਕਦੀ ਰਾਜਾ ਬਣ ਜਾਂਦਾ, ਕਦੀ ਭਿਖਾਰੀ ਬਣ ਜਾਂਦਾ, ਕਦੀ ਇਹ ਖੁਸ਼ ਹੁੰਦਾ, ਬੜਾ ਐਨ ਖਿੜਿਆ ਹੁੰਦਾ, ਕਦੀ ਸੋਗ ਵਿੱਚ ਪਿਆ ਹੁੰਦਾ, ਮੁਰਝਾਇਆ ਹੁੰਦਾ, ਚਿੰਤਾ 'ਚ ਪਿਆ ਹੁੰਦਾ, ਕਦੀ ਸੁੱਤਾ ਹੁੰਦਾ, ਕਦੀ ਸੁਪਨਾ ਦੇਖਦਾ ਹੁੰਦਾ, ਕਦੀ ਜਾਗਦਾ ਹੁੰਦਾ, ਕਦੀ ਇਹਨੂੰ ਗੁੱਸਾ ਚੜਿਆ ਹੁੰਦਾ, ਕਦੀ ਇਹਨੂੰ ਕਾਮ ਵਾਸ਼ਨਾ ਜਾਗੀ ਹੁੰਦੀ ਹੈ, ਕਦੀ ਲੋਭ ਵਾਸ਼ਨਾ ਹੁੰਦੀ ਇਹਦੇ 'ਤੇ, ਇੱਕੋ ਜਿਹਾ ਨਹੀਂ ਰਹਿੰਦਾ ਹੈ। ਪਰ ਜੇ ਕਿਤੇ ਲਾਸਟ ਵਿੱਚ ਮਹਾਰਾਜ ਨੇ ਲਿਖਿਆ, ਲਾਸਟ ਵਿੱਚ ਉਸ ਅਸ਼ਟਪਦੀ ਦੀ ਜਿਹੜੀ ਅੱਠਵੀਂ ਪੌੜੀ ਅੱਠਵਾਂ ਪਦਾ ਹੈ, ਕਹਿੰਦੇ ਜੇ ਕਦੇ ਕਬਹੂ ਸਾਧ ਸੰਗਤ ਉਹ ਪਾਵੈ। ਅਜੇ ਸਾਨੂੰ ਸਾਧ ਸੰਗਤ ਨਹੀਂ ਮਿਲੀ, ਮਾਫ ਕਰਨਾ, ਆਪਾਂ ਤਾਂ ਅਜੇ ਉੱਦਾਂ ਹੀ ਉਰੇ ਹੀ ਖੜ੍ਹੇ ਹਾਂ। ਜੇ ਮਿਲ ਜਾਵੇ, ਜੇ ਮਿਲ ਜਾਵੇ, ਮਹਾਰਾਜ ਕਹਿੰਦੇ ਕਬਹੂ ਸਾਧ ਸੰਗਤ ਉਹ ਪਾਵੈ, ਉਸ ਅਸਥਾਨ 'ਤੇ ਬੋਰ ਨਾ ਆਵੇ। ਉੱਥੋਂ ਮੁੜ ਕੇ ਨਹੀਂ ਆਉਂਦਾ ਫਿਰ,
ਉੱਥੇ ਪਹੁੰਚ ਗਿਆ, ਬਸ ਪਰੇ ਲੰਘ ਗਿਆ, ਸੱਚਖੰਡ ਪਹੁੰਚ। ਕਬੂ ਸਾਧ ਸੰਗਤ ਇਹ ਪਾਵੇ, ਉਸ ਅਸਥਾਨ 'ਤੇ ਬਹੁਰ ਨਾਵੇ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਵੇਂ ਪਾਣੀ ਦੀ ਬੂੰਦ ਸਮੁੰਦਰ 'ਚ ਮਿਲ ਗਈ, ਹੁਣ ਵੱਖਰੀ ਥੋੜ੍ਹਾ ਹੋ ਜਾਏਗੀ, ਗੰਗਾ ਸਾਗਰ 'ਚ ਚਲੀ ਗਈ, ਉਹ ਵਾਪਸ ਥੋੜ੍ਹਾ ਆਵੇਗੀ, ਹੁਣ ਗੰਗਾ ਹੀ ਸਾਗਰ ਹੀ ਬਣ ਗਈ, ਸਮੁੰਦਰ ਹੀ ਬਣ ਗਈ। ਇੱਦਾਂ ਕਹਿੰਦੇ ਉਹ ਆਤਮਾ ਜਿਹੜੀ ਪਰਮਾਤਮਾ 'ਚ ਰਲ ਗਈ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਉਹਦਾ ਮਹਾਰਾਜ ਕਹਿੰਦੇ ਵੀ ਵੱਡੀ ਵਡਿਆਈ ਜਾਂ ਨੇਚਰ ਥਾਉ, ਵੱਡੀ ਵਡਿਆਈ ਹੈ ਉਹ ਥਾਂ ਜਿਹੜੀ ਹੈ ਪੱਕੀ, ਟਿਕਾਣਾ ਪੱਕਾ ਹੈ ਪਰਮੇਸ਼ਰ ਦਾ। ਵੱਡੀ ਵਡਿਆਈ ਜਾਣੈ ਆਲਾਓ, ਆਲਾਓ ਕਹਿੰਦੇ ਨੇ ਬੋਲਣ ਨੂੰ, ਆਲਾਪ ਕਰਨਾ, ਉਹ ਵਾਹਿਗੁਰੂ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ ਬਈ ਉਹਨੂੰ ਬੋਲਣਾ ਆਉਂਦਾ ਹੈ। ਆਖੋ ਸ੍ਰੀ ਵਾਹਿਗੁਰੂ। ਬੋਲਣਾ ਵੀ ਇੱਕ ਕਲਾ ਹੈ, ਬੋਲਣਾ ਵੀ ਇੱਕ ਆਰਟ ਹੈ, ਹਰ ਬੰਦਾ ਬੋਲ ਨਹੀਂ ਸਕਦਾ। ਕਈ ਬੰਦਿਆਂ ਦੇ ਮਹਾਰਾਜ ਨੇ ਬਾਣੀ 'ਚ ਜ਼ਿਕਰ ਕੀਤੇ ਵੀ ਬੋਲ ਇੰਨੇ ਫਿੱਕੇ ਹੁੰਦੇ ਨੇ ਵੀ ਇੰਝ ਲੱਗਦਾ ਵੀ ਜਿਵੇਂ ਉਖੜਾ ਕੁਹਾੜਾ ਹੁੰਦਾ, ਪੁੱਠਾ ਹੀ ਬੋਲਣਾ, ਪੁੱਠਾ ਹੀ ਗੱਲ ਕਰਨੀ। ਅਗਲੇ ਦੇ ਨਾਲ ਪ੍ਰੇਮ ਨਾਲ, ਸਾਧ ਸੰਗਤ ਜੀ ਸਾਨੂੰ ਰੱਬ ਨੇ ਜ਼ਬਾਨ ਦਿੱਤੀ ਹੈ, ਸਾਨੂੰ ਬੋਲਣਾ ਵੀ ਸਿੱਖਣਾ ਚਾਹੀਦਾ। ਆਓ ਜੀ, ਬੈਠੋ ਜੀ, ਭਰਾ ਜੀ, ਵੀਰ ਜੀ, ਛਕੋ ਜੀ, ਛਕਾਓ ਜੀ, ਬਾਬਾ ਜੀ, ਭੈਣ ਜੀ, ਕੁਛ ਵੀ ਕਹਿ ਦਿਓ। ਅਤੇ ਜੇ ਉਹ ਇਹ ਕਹਿ ਕੇ ਬੋਲਣਾ ਤਾਂ ਬਸ ਉੱਥੇ ਪਤਾ ਲੱਗ ਜਾਣਾ ਵੀ ਇਹ ਕਿੰਨੀ ਕੁਕਾਤ ਦਾ ਬੰਦਾ। ਬਾਦਸ਼ਾਹ ਨੌਸ਼ੇਰਵਾਂ ਈਰਾਨ ਦਾ ਬਾਦਸ਼ਾਹ ਹੋਇਆ, ਉਹ ਸ਼ਿਕਾਰ ਖੇਡਣ ਗਿਆ ਅਤੇ ਉਹਦੇ ਨਾਲ ਦੇ ਉਹਦਾ ਵਜ਼ੀਰ ਸੀ ਅਤੇ ਉਹਦਾ ਇੱਕ ਨੌਕਰ ਸਿਪਾਹੀ ਸੀ, ਉਹ ਤਿੰਨੇ ਖਿੰਡ ਗਏ ਜੰਗਲ 'ਚੋਂ, ਯਾਨੀ ਆਪਸ 'ਚ ਉਹਨਾਂ ਦੀ ਵਿੱਥ ਪੈ ਗਈ। ਜੰਗਲ 'ਚ ਇੱਕ ਫਕੀਰ ਰਹਿੰਦਾ ਸੀ, ਉਹ ਨੇਤਰਹੀਣ ਸੀਗਾ। ਉਹਦੇ ਕੋਲ ਪਹਿਲਾਂ ਸਿਪਾਹੀ ਗਿਆ, ਸਿਪਾਹੀ ਨੇ ਉਹਨੂੰ ਪੁੱਛਿਆ ਬਾਦਸ਼ਾਹ ਦੇ ਬਾਰੇ, ਉਹਨੇ ਆਖਿਆ ਵੀ ਮੈਂ ਨਹੀਂ ਦੇਖਿਆ, ਲੰਘ ਗਿਆ ਹੋਣਾ। ਫਿਰ ਵਜ਼ੀਰ ਆਇਆ, ਵਜ਼ੀਰ ਨੇ ਪੁੱਛਿਆ, ਪਿੱਛੋਂ ਬਾਦਸ਼ਾਹ ਪਹੁੰਚ ਗਿਆ। ਬਾਦਸ਼ਾਹ ਨੇ ਪੁੱਛਿਆ, ਉਹਨੇ ਆਖਿਆ ਬਾਦਸ਼ਾਹ ਸਲਾਮਤ, ਹਾਂ ਪਹਿਲਾਂ ਤੁਹਾਡਾ ਸਿਪਾਹੀ ਆਇਆ ਸੀ, ਫਿਰ ਤੁਹਾਡਾ ਵਜ਼ੀਰ ਆਇਆ ਸੀ, ਹੁਣ ਤੁਸੀਂ ਆਏ। ਅਤੇ ਬਾਦਸ਼ਾਹ ਸਿਆਣਾ ਸੀ, ਉਹਨੇ ਆਖਿਆ ਸੰਤ ਜੀ, ਫਕੀਰ ਜੀ, ਤੁਹਾਡੀਆਂ ਅੱਖਾਂ ਤਾਂ ਹੈ ਨਹੀਂ, ਅਤੇ ਤੁਸੀਂ ਕਿਵੇਂ ਦੇਖ ਲਿਆ ਵੀ ਪਹਿਲਾਂ ਸਿਪਾਹੀ ਆਇਆ ਸੀ, ਫਿਰ ਵਜ਼ੀਰ ਆਇਆ ਸੀ, ਅਤੇ ਫਿਰ ਬਾਦਸ਼ਾਹ, ਮੈਂ ਬਾਦਸ਼ਾਹ, ਤੁਹਾਨੂੰ ਕਿਵੇਂ ਪਤਾ? ਉਹ ਫਕੀਰ ਕਹਿਣ ਲੱਗਾ, ਕਹਿੰਦਾ ਬਾਦਸ਼ਾਹ ਸਲਾਮਤ, ਇਹਦੇ 'ਚ ਔਖੀ ਕਿਹੜੀ ਗੱਲ ਹੈ, ਜਦੋਂ ਤੁਹਾਡਾ ਸਿਪਾਹੀ ਆਇਆ ਸੀ ਨਾ, ਉਹਨੇ ਆਖਿਆ ਸੀ ਓਏ ਅੰਨਿਆ, ਅਤੇ ਮੈਂ ਸਮਝ ਗਿਆ ਸੀ ਵਿਚਾਰਾ ਇਹ ਇੰਨੇ ਜੋਗਾ ਹੀ ਹੈ, ਇਹ ਇੰਨੀ ਕੁ ਲਿਆਕਤ ਹੈ, ਮੈਂ ਉਹਨੂੰ
ਸਮਝ ਗਿਆ ਵੀ ਇਹ ਬਹੁਤਾ। ਅਤੇ ਫਿਰ ਆਇਆ ਸੀ ਤੁਹਾਡਾ ਵਜ਼ੀਰ, ਉਹ ਕਹਿੰਦਾ ਸੀ ਉਹ ਬਾਬਾ, ਉਹਨੇ ਅੰਨਾ ਤਾਂ ਨਹੀਂ ਆਖਿਆ ਪਰ ਨਾਲ ਉਹ ਲਾ ਲਿਆ, ਉਹ ਬਾਬਾ। ਮੈਂ ਸਮਝ ਗਿਆ ਵੀ ਇਹ ਵਿਚਾਰਾ ਅੱਧਾ ਭੁੱਖਾ ਅਤੇ ਅੱਧਾ ਰੱਜਿਆ, ਅੱਧਾ ਭੁੱਖਿਆ ਅੱਧਾ ਰੱਜਿਆ, ਯਾਨੀ ਕਿ ਵਡਿਆਈ ਨਾਲ ਵੀ ਬੰਦਾ ਰੱਜਦਾ ਹੈ ਨਾ ਕਿਤੇ ਨਾ ਕਿਤੇ ਜਾ ਕੇ। ਅਤੇ ਤੁਸੀਂ ਆਏ ਹੋ, ਤੁਸੀਂ ਰੱਜੇ ਹੀ ਹੋ, ਅਤੇ ਤੁਸੀਂ ਮੈਨੂੰ ਬਾਬਾ ਜੀ ਆਖਿਆ, ਮੈਂ ਸਮਝ ਗਿਆ ਵੀ ਤੁਸੀਂ ਬਾਦਸ਼ਾਹ ਹੋ, ਤੁਸੀਂ ਨੇਕ ਹੋ, ਤੁਹਾਨੂੰ ਪਰਮਾਤਮਾ ਨੇ ਸਾਰੀਆਂ ਵਡਿਆਈਆਂ ਦਿੱਤੀਆਂ ਹੋਈਆਂ ਨੇ, ਤੁਸੀਂ ਦੂਜੇ ਦੀ ਇੱਜ਼ਤ ਕਰਨੀ ਜਾਣਦੇ ਹੋ। ਸੋ ਬੰਦਾ ਬੋਲੀ ਤੋਂ ਪਛਾਣਿਆ ਜਾਂਦਾ, ਬੋਲੀ ਜਿੰਨੀ ਚੰਗੀ ਬੋਲੋਗੇ, ਮਿੱਠੇ ਬੋਲੋਗੇ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕਾ ਬੋਲਣ ਨਾਲ ਬੰਦੇ ਦਾ ਤਨ ਮਨ ਹੀ ਫਿੱਕਾ ਹੋ ਜਾਂਦਾ। ਕਿਸੇ ਵਿਦਵਾਨ ਨੇ ਲਿਖਿਆ, ਪ੍ਰਿਆ ਬਚਨਨ ਕੇ ਬੋਲ ਤੇ ਹੋਤ ਪਰਮੋਦ ਤਿਰਪਾਉਣ, ਤਾਂ ਤੇ ਪ੍ਰਿਆ ਬਾਣੀ ਪਣੋ ਜਾਮੇ ਕਿਰਪਣਤਾ ਕੌਣ। ਸਾਰ ਕਿਤਾਬੜੀ ਦੇ ਬਚਨ ਨੇ, ਉਹ ਕਹਿੰਦੇ ਨੇ ਵੀ ਪਿਆਰੇ ਮਿੱਠੇ ਬੋਲ ਬੋਲਣ ਨਾਲ ਸਾਰੀ ਦੁਨੀਆ 'ਚ ਖੁਸ਼ੀ ਹੁੰਦੀ ਹੈ, ਆਪਣੇ ਆਪ ਨੂੰ ਵੀ ਖੁਸ਼ੀ ਹੁੰਦੀ ਹੈ, ਜਿਹੜਾ ਸਾਹਮਣੇ ਬੰਦਾ ਖੜਾ ਉਹਨੂੰ ਵੀ ਖੁਸ਼ੀ ਹੁੰਦੀ ਹੈ। ਇਸ ਕਰਕੇ ਮਿੱਠੇ ਬੋਲ ਬੋਲੋ, ਇਹਦੇ 'ਚ ਕਾਹਦੀ ਕੰਜੂਸੀ ਹੈ, ਕੋਈ ਜੇਬ 'ਚ ਪੈਸੇ ਥੋੜ੍ਹਾ ਲੱਗਣੇ, ਕੋਈ ਖਰਚਾ ਥੋੜ੍ਹਾ ਹੋਣਾ ਤੁਹਾਡੇ ਬਟੂਏ 'ਚੋਂ, ਕੋਈ ਪਰਸ ਵਿੱਚੋਂ ਪੈਸੇ ਥੋੜ੍ਹਾ ਲੱਗਣੇ। ਆਓ ਜੀ, ਬੈਠੋ ਜੀ, ਭਰਾ ਜੀ, ਵੀਰ ਜੀ, ਬੇਟਾ ਜੀ, ਬਾਬਾ ਜੀ, ਕੋਈ ਬੋਲ ਨਹੀਂ। ਅਤੇ ਜੇ ਕਰਨਾ ਉੱਖੜਾ ਹੀ ਬੋਲਣਾ, ਪੁੱਠਾ ਹੀ ਬੋਲਣਾ। ਕਈ ਬੰਦੇ ਇਸ ਆਕੜ ਵਿੱਚ ਵੀ ਜੇ ਅਸੀਂ ਮਿੱਠਾ ਬੋਲਾਂਗੇ ਤਾਂ ਸ਼ਾਇਦ ਅਸੀਂ ਛੋਟੇ ਪੈ ਜਾਵਾਂਗੇ, ਅਗਲਾ ਵੱਡਾ ਹੋ ਜਾਏਗਾ, ਇਹ ਗੱਲ ਨਹੀਂ। ਜਿਹੜਾ ਬੰਦਾ ਮਿੱਠਾ ਬੋਲੇਗਾ ਉਹ ਆਪੇ ਹੀ ਵਜਨਦਾਰ ਹੋ ਜਾਏਗਾ, ਪਾਰਾ ਹੋ ਜਾਏਗਾ, ਨਿਵੇਂ ਸੋ ਗੌਰਾ ਹੋਏ। ਸੋ ਮਹਾਰਾਜ ਸਾਹਿਬ ਜੀ ਇੱਥੇ ਕਹਿ ਰਹੇ ਨੇ, ਵੱਡੀ ਵਡਿਆਈ ਜਾਣੇ ਲਾਓ, ਹੇ ਵਾਹਿਗੁਰੂ ਤੇਰੀ ਵਡਿਆਈ ਵੱਡੀ ਹੈ, ਤੂੰ ਬੋਲਣਾ ਜਾਣਦਾ ਹੈ। ਕਿੰਨੇ ਸੋਹਣੇ ਬਚਨ ਕਰਦਾ ਹੈ ਮੇਰਾ ਵਾਹਿਗੁਰੂ ਪਰਮੇਸ਼ਰ। ਆਹ ਦੇਖੋ ਗੁਰੂ ਗ੍ਰੰਥ ਸਾਹਿਬ ਉਹਦੇ ਬਚਨ ਹਨ। ਗੁਰੂ ਗ੍ਰੰਥ ਸਾਹਿਬ ਰੱਬ ਦੀ ਬੋਲੀ ਹੈ, ਇਹ ਰੱਬ ਬੋਲਿਆ, ਪਰਮਾਤਮਾ ਬੋਲਿਆ ਅਤੇ ਗੁਰੂ ਗ੍ਰੰਥ ਸਾਹਿਬ ਬਣ ਗਿਆ। ਆਖੋ ਸ੍ਰੀ ਵਾਹਿਗੁਰੂ, ਸੰਤਾਂ ਮਹਾਂਪੁਰਸ਼ਾਂ ਭਗਤਾਂ ਦੀ ਜ਼ੁਬਾਨ 'ਤੇ ਬੋਲਦਾ ਹੈ, ਉਹ ਸਾਡੀ ਸਾਰਿਆਂ ਦੀ ਜ਼ੁਬਾਨ 'ਤੇ ਬੋਲਦਾ ਹੈ। ਆਖੋ ਸ੍ਰੀ ਵਾਹਿਗੁਰੂ, ਜਿੰਨੇ ਅਸੀਂ ਨਹੀਂ ਬੋਲ ਰਹੇ ਉਹ ਬੋਲ ਰਿਹਾ, ਸਾਰੇ ਜਿੰਨੇ ਵੀ ਆਪਾਂ ਇਨਸਾਨ ਬੋਲ ਰਹੇ ਹਾਂ, ਜੇ ਅੰਦਰ ਉਹਦੀ ਜੋਤ ਨਾ ਹੋਵੇ ਅਸੀਂ ਬੋਲ ਨਹੀਂ ਸਕਦੇ। ਇਹ ਬੋਲਣ ਦੀ ਸ਼ਕਤੀ ਉਹਦੀ ਹੈ। ਅਕਾਲ ਪੁਰਖ ਨੇ ਪਸ਼ੂਆਂ ਨੂੰ, ਪੰਛੀਆਂ ਨੂੰ ਜਿੰਨੀ ਜਿੰਨੀ ਦਿੱਤੀ ਹੈ ਉਹਨੇ ਉਹਨੇ ਬੋਲੀ ਜਾਂਦੇ। ਚਿੜੀਆਂ ਚੀਂ ਚੀਂ ਕਰਦੀਆਂ ਨੇ, ਕੋਇਲ ਕੂਕਦੀ ਹੈ, ਕਾਂ ਕਾਂ ਕਰਦੇ ਨੇ, ਇਹ ਸਭ ਉਹਦੀ ਖੇਡ ਹੈ, ਸਾਰਿਆਂ 'ਚ ਉਹ ਬੋਲ ਰਿਹਾ। ਆਖੋ ਸਤਨਾਮ ਸ੍ਰੀ ਵਾਹ। ਅਤੇ ਜਦੋਂ ਉਹ ਰੱਬੀ ਬਾਣੀ ਬੋਲਿਆ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਰੱਬੀ ਬੋਲ ਆਏ ਹਨ, ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਸਾਰਿਆਂ ਦਾ ਮਨ ਠੰਡਾ ਕਰ ਦਿੱਤਾ ਹੈ। ਵੱਡੀ ਵਡਿਆਈ ਬੁੱਝੈ ਸਭ ਭਾਉ, ਪਰਮਾਤਮਾ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ ਵੀ ਸਾਰਿਆਂ ਦੇ ਦਿਲ ਦੇ ਪਿਆਰ ਨੂੰ ਜਾਣਦਾ ਹੈ। ਇਸ ਦੁਨੀਆਂ ਦੇ ਵਿੱਚ ਸਾਧ ਸੰਗਤ ਜੀ, ਘਰਾਂ 'ਚ ਸਾਡੇ ਝਗੜੇ ਕਿਉਂ ਹੁੰਦੇ ਨੇ? ਪਤੀ ਪਤਨੀ ਵਿੱਚ
ਭਰਾ ਭਰਾ ਵਿੱਚ, ਪਿਓ ਪੁੱਤਰ ਵਿੱਚ ਝਗੜੇ ਹੁੰਦੇ, ਅੱਜ ਕੱਲ੍ਹ ਘਰ ਘਰ 'ਚ ਨੇ। ਪਤਨੀ ਕਹਿੰਦੀ ਹੈ ਵੀ ਮੈਂ ਤਾਂ ਆਪਣੇ ਪਤੀ ਨੂੰ ਪਿਆਰ ਕਰਦੀ ਹਾਂ ਪਰ ਉਹ ਮੈਨੂੰ ਪਿਆਰ ਨਹੀਂ ਕਰਦਾ। ਪਤੀ ਕਹਿੰਦਾ ਮੈਂ ਉਹਨੂੰ ਪਤਨੀ ਨੂੰ ਪਿਆਰ ਕਰਦਾ, ਉਹ ਮੈਨੂੰ ਪਿਆਰ ਨਹੀਂ ਕਰਦੀ। ਪਿਓ ਕਹਿੰਦਾ ਮੈਂ ਪੁੱਤਰ ਨੂੰ ਬੜਾ ਪਿਆਰ ਕਰਦਾ, ਪੁੱਤਰ ਮੈਨੂੰ ਨਹੀਂ ਪਿਆਰ ਕਰਦਾ। ਪੁੱਤਰ ਕਹਿੰਦਾ ਮੈਂ ਪਿਓ ਨੂੰ ਬੜਾ ਪਿਆਰ ਕਰਦਾ, ਪਿਓ ਮੈਨੂੰ ਪਿਆਰ ਨਹੀਂ ਕਰਦਾ। ਭੈਣ ਕਹਿੰਦੀ ਮੈਂ ਭਰਾ ਪਿੱਛੇ ਜਾਨ ਵਾਰਦੀ ਹਾਂ ਪਰ ਭਰਾ ਮੈਨੂੰ ਪੁੱਛਦਾ ਕੋਈ ਨਹੀਂ। ਭਰਾ ਕਹਿੰਦਾ ਮੈਂ ਭੈਣ ਪਿੱਛੇ ਜਾਨ ਵਾਰਦਾ ਪਰ ਉਹ ਮੈਨੂੰ ਪੁੱਛਦੀ ਕੋਈ ਨਹੀਂ। ਗੱਲ ਕੀ ਹੈ, ਇੱਕ ਦੂਜੇ ਦੇ ਦਿਲ ਦੀ ਨਹੀਂ ਜਾਣਦੇ। ਆਖੋ ਸ੍ਰੀ ਵਾਹਿਗੁਰੂ। ਆਪਣੀ ਆਪਣੀ ਜਗ੍ਹਾ 'ਤੇ ਸੱਚੇ ਨੇ ਪਰ ਦੂਜੇ ਦੇ ਦਿਲ ਦਾ ਨਹੀਂ ਨਾ ਪਤਾ ਵੀ ਅਗਲੇ ਦੇ ਅੰਦਰ ਕਿੰਨਾ ਪਿਆਰ ਹੈ। ਉਹ ਜੇ ਉਹ ਰੁੱਸਿਆ ਵੀ ਹੈ ਤਾਂ ਕਿਉਂ ਰੁੱਸਿਆ ਨਹੀਂ ਪਤਾ। ਵਾਹਿਗੁਰੂ ਸਾਰਿਆਂ ਦੇ ਦਿਲਾਂ ਦੀ ਜਾਣਦਾ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਤਕਾਰ। ਵੱਡੀ ਵਡਿਆਈ ਬੁੱਝੈ ਸਭ ਭਾਉ। ਉਹਦੀ ਇਹ ਵਡਿਆਈ ਵੱਡੀ ਹੈ ਕਿ ਸਭ ਦੇ ਦਿਲ ਦੀ ਜਾਣਦਾ, ਅੰਦਰ ਦੀ ਭਾਵਨਾ ਜਾਣਦਾ। ਉਹ ਬਾਹਰਲੇ ਕਰਮ ਕਾਂਡ ਨਹੀਂ ਦੇਖਦਾ, ਅੰਦਰੋਂ ਦੇਖਦਾ ਵੀ ਅੰਦਰ ਇਹਦੇ ਅੰਦਰ ਕਿੰਨੀ ਕੁ ਭਗਤੀ ਹੈ, ਕਿੰਨਾ ਕੁ ਪਿਆਰ ਹੈ, ਕਿੰਨੀ ਕੁ ਸ਼ਰਧਾ ਹੈ, ਇਹ ਕਿੰਨਾ ਕੁ ਮੇਰੇ ਨਾਲ ਜੁੜਿਆ ਹੋਇਆ। ਇਹ ਉਹਦੀ ਵਡਿਆਈ ਨੂੰ ਵੱਡੀ ਵਡਿਆਈ ਹੈ। ਇਸ ਕਰਕੇ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਫਿਰ ਉਹਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ ਜਦੋਂ ਦਾਤਾਂ ਦਿੰਦਾ ਕਿਸੇ ਦੂਜੇ ਦੀ ਸਲਾਹ ਨਹੀਂ ਲੈਂਦਾ, ਤੀਜੇ ਦੀ ਸਲਾਹ ਨਹੀਂ ਲੈਂਦਾ। ਅਸੀਂ ਕਿਸੇ ਨੂੰ ਕੁਝ ਦੇਣਾ ਹੋਵੇ ਨਾ, ਘਰ ਵਾਲੀ ਨੂੰ ਪੁੱਛਾਂਗੇ ਇਹ ਦੇ ਦਿਆਂ ਕਿ ਨਾ ਦਿਆਂ। ਕਿਸੇ ਦੇ ਵਿਆਹ 'ਚ ਸ਼ਗਨ ਵੀ ਪਾਉਣਾ ਹੋਵੇ ਤਾਂ ਘਰ ਵਾਲੀ ਨੂੰ ਪੁੱਛ ਕੇ ਪਾਉਣਾ ਵੀ ਮੈਂ 500 ਪਾਵਾਂ ਕਿ 1100 ਪਾਵਾਂ, ਨਿਉਂਦਰਾ ਪਾਉਣਾ ਕਿੰਨਾ ਪਾਵਾਂ, ਗੁਰਦੁਆਰੇ ਗੋਲਕ 'ਚ ਮੱਥਾ ਟੇਕਣਾ ਕਿੰਨਾ ਕੁ ਟੇਕੀਏ, ਗਿਆਨੀ ਸਿੰਘ ਨੂੰ ਕਿੰਨਾ ਕੁ ਦੇਣਾ, ਗਰਾਗੀਆਂ ਨੂੰ ਕਿੰਨਾ ਦੇਣਾ, ਪੁੱਛਦੇ ਰਹਿੰਦੇ। ਮੰਗਤਾ ਬੂਹੇ 'ਤੇ ਆ ਗਿਆ ਉਹਨੂੰ ਵੀ ਦੇਣਾ, ਦਿਆਂ ਕਿ ਨਾ ਦਿਆਂ। ਵਾਹਿਗੁਰੂ ਨਹੀਂ ਪੁੱਛਦਾ ਕਿਸੇ ਨੂੰ, ਖੁੱਲ੍ਹੇ ਕੱਫੇ ਦਿੰਦਾ ਜਦੋਂ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਦਾਤਾਂ ਦੇਣ ਲੱਗਦਿਆਂ ਉਹਨੇ ਕਿਸੇ ਨਾਲ ਸਲਾਹ ਥੋੜ੍ਹਾ ਕਰਨੀ ਹੈ, ਆਪਣੀ ਮਰਜ਼ੀ ਖੁੱਲ੍ਹੇ ਕੱਫੇ ਦੇ ਜਿੰਨੇ ਉਹਦਾ ਜੀ ਦੇ ਕਰੇ ਦੇ ਦੇਵੇ। ਦਾਤਾਂ ਦਿੰਦਾ ਆਪਣੀ ਮਰਜ਼ੀ ਨਾਲ ਦਿੰਦਾ, ਕਿਸੇ ਨੂੰ ਪੁੱਛਦਾ ਨਹੀਂ। ਵੱਡੀ ਵਡਿਆਈ ਜਾ ਆਪੇ ਆਪ, ਆਹ ਇਸ ਕਰਕੇ ਵੀ ਉਹਦੀ ਵਡਿਆਈ ਵੱਡੀ ਹੈ, ਉਹ ਆਪੇ ਹੀ ਆਪ ਹੈ, ਦੂਜਾ ਕੋਈ ਹੈ ਨਹੀਂ। ਜਦੋਂ ਉਹਨੇ ਦੁਨੀਆ ਬਣਾਈ ਹੈ ਉਦੋਂ ਵੀ ਉਹਨੇ ਆਪ ਹੀ ਬਣਾਈ ਹੈ, ਕਿਸੇ ਦੂਜੇ ਦੀ ਸਲਾਹ ਥੋੜ੍ਹਾ ਲਈ ਹੈ। ਦੂਜੇ ਦੀ ਸਲਾਹ ਤਾਂ ਲੈਂਦਾ ਜੇ ਕੋਈ ਦੂਜਾ ਹੁੰਦਾ, ਤਾਂ ਜਦੋਂ ਹੈ ਹੀ ਇਕੱਲਾ, ਦੂਜਾ ਤਾਂ ਕੋਈ ਹੈ ਹੀ ਨਹੀਂ, ਆਪੇ ਆਪ ਹੀ ਹੈ। ਨਾਨਕ ਕਾਰਨ ਕਥਨੀ ਜਾਏ, ਮਹਾਰਾਜ ਕਹਿੰਦੇ ਉਹਦੀ ਕਾਰ, ਉਹਦੇ ਕੰਮ, ਉਹਦੀ ਲੀਲਾ ਕੋਈ ਕਥਾ ਨਹੀਂ ਕਰ ਸਕਦਾ। ਕੋਈ ਕਥਾਵਾਚਕ ਗਿਆਨੀ, ਕੋਈ ਪੰਡਿਤ, ਕੋਈ ਵਿਦਵਾਨ, ਕੋਈ ਫਿਲਾਸਫਰ, ਕੋਈ ਡਾਕਟਰ, ਕੋਈ ਪ੍ਰੋਫੈਸਰ ਉਹਦੀ ਕਥਾ ਨਹੀਂ ਕਰ ਸਕਦਾ। ਨਾਨਕ ਕਾਰਨ ਕਥਨੀ ਜਾਏ, ਉਹਦੀ ਕਾਰ ਨੂੰ, ਉਹਦੀ ਖੇਡ ਨੂੰ, ਉਹਦੇ ਕੰਮਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਕੋਈ ਲਿਖ ਨਹੀਂ ਸਕਦਾ।
ਕੀਤਾ ਕਰਨਾ ਸਰਬ ਰਜਾਏ। ਜੋ ਉਹਨੇ ਕੀਤਾ ਹੈ ਅਤੇ ਜੋ ਉਹਨੇ ਕਰਨਾ ਹੈ ਉਹਦੀ ਮਰਜ਼ੀ ਹੈ, ਉਹਦੀ ਰਜ਼ਾ ਹੈ। ਪਤਾ ਨਹੀਂ ਕੀ ਕਰ ਦੇਵੇ, ਸਾਡੀ ਸਲਾਹ ਥੋੜ੍ਹਾ ਲੈਣੀ ਹੈ ਵੀ ਇੱਦਾਂ ਕਰਾਂ ਕਿ ਨਾ ਕਰਾਂ। ਜੋ ਜੀ ਕਰੇਗਾ ਉਹ ਕਰ ਦੇਵੇਗਾ। ਸੋ ਇਹ ਉਸ ਮਹਾਰਾਜ ਦੀ ਵਡਿਆਈ ਸੇਖ ਬ੍ਰਹਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸੁਣਾ ਰਹੇ ਸਨ।